ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 6 April ਹੈ ਦਿਨ ਵੀਰਵਾਰ ਹੈ ਨਾਨਕ ਸ਼ਾਹੀ ਸੰਮਤ 555 ਦੇ ਮੁਤਾਬਿਕ ਅੱਜ 24 ਚੇਤ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ ਖਬਰਾਂ ਦੀ ਸ਼ੁਰੂਆਤ ਸੁਪਰੀਮ ਕੋਰਟ ਦੇ ਵੱਲੋਂ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਦਿੱਤੇ ਗਏ ਅਹਿਮ ਬਿਆਨ ਤੋਂ ਕਰਦੇ ਹਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਮਲਿਆਲਮ ਨਿਊਜ਼ ਚੈਨਲ ਮੀਡੀਆਵਨ ਦੇ ਟੈਲੀਕਾਸਟ ਤੇ ਲਾਈਪ ਪਾਬੰਦੀ ਨੂੰ ਹਟਾ ਦਿੱਤਾ ਹੈ ਅਤੇ ਬਿਨਾਂ ਕਿਸੇ ਠੋਸ ਤੱਥ ਦੇ ਕੌਮੀ ਸੁਰੱਖਿਆ ਦਾ ਮਸਲਾ ਉਭਾਰਨ ਦੇ ਲਈ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਦੀ ਚੰਗੀ ਝਾੜ-ਚੰਬ ਵੀ ਕੀਤੀ ਚੀਫ ਜਸਟਿਸ ਡੀਵਾਈ ਚੰਦਰ ਚੁੱਡੀ ਅਗਵਾਈ ਵਾਲੇ ਬੈਂਚ ਨੇ ਕੇਰਲਾ ਹਾਈ ਕੋਰਟ ਦੇ ਫੈਸਲੇ ਜਿਸ ਵਿੱਚ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਕੇਂਦਰ ਦੇ ਵੱਲੋਂ ਚੈਨਲ ਦੇ ਟੈਲੀਕਾਸਟ ਤੇ ਲਾਈ ਪਾਬੰਦੀ ਨੂੰ ਬਰਕਰਾਰ ਰੱਖਿਆ ਸੀ ਉਸ ਨੂੰ ਰੱਦ ਕਰ ਦਿੱਤਾ ਹੈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਕਿ ਸਰਕਾਰ ਪ੍ਰੈਸ ਤੇ ਬੇਤੁਕੀਆਂ ਪਾਬੰਦੀਆਂ ਨਹੀਂ ਲਾ ਸਕਦੀ ਕਿਉਂਕਿ ਇਹਦੇ ਨਾਲ ਪ੍ਰੈਸ ਦੀ ਆਜ਼ਾਦੀ ਤੇ ਨਿਰਾਸ਼ਾਜਨਕ ਅਸਰ ਪਵੇਗਾ ਕੋਰਟ ਨੇ ਸਾਫ ਕਰ ਦਿੱਤਾ ਕਿ ਸਰਕਾਰੀ ਨੀਤੀਆਂ ਖਿਲਾਫ ਚੈਨਲ ਦੇ ਆਲੋਚਨਾਤਮਕ ਵਿਚਾਰਾਂ ਨੂੰ ਸਰਕਾਰ ਵਿਰੋਧੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਜ਼ਬੂਤ ਜਮਹੂਰੀਅਤ ਲਈ ਆਜ਼ਾਦ ਪ੍ਰੈਸ ਦਾ ਹੋਣਾ ਬਹੁਤ ਜ਼ਰੂਰੀ ਹੈ ਜੱਜਾਂ ਨੇ ਕਿਹਾ ਕਿ ਪ੍ਰੈਸ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰ ਨੂੰ ਸੱਚ ਬੋਲੇ ਤੇ ਨਾਗਰਿਕਾਂ ਨੂੰ ਅਸਲ ਤੱਥਾਂ ਨੂੰ ਰੱਖੇ ਤਾਂ ਜੋ ਲੋਕਤੰਤਰ ਨੂੰ ਸਹੀ ਦਿਸ਼ਾ ਵੱਲ ਅੱਗੇ ਵਧਾਉਣ ਲਈ ਉਹਨਾਂ ਨੂੰ ਚੋਣ ਕਰਨ ਦੇ ਸਮਰੱਥ ਬਣਾਇਆ ਜਾ ਸਕੇ ਪ੍ਰੈਸ ਦੀ ਆਜ਼ਾਦੀ ਤੇ ਪਾਬੰਦੀ ਨਾਗਰਿਕਾਂ ਨੂੰ ਉਸੇ ਸਪਰਸ਼ ਨਾਲ ਸੋਚਣ ਲਈ ਮਜਬੂਰ ਕਰਦੀ ਹੈ ਉਨਾ ਕਿਹਾ ਕਿ ਇਹੋ ਜਿਹੇ ਜਿਹੜੇ ਵਿਚਾਰ ਨੇ ਉਹ ਜਮਹੂਰੀਅਤ ਦੇ ਲਈ ਵੱਡੇ ਖਤਰੇ ਪੈਦਾ ਕਰਨਗੇ ਜੱਜਾਂ ਨੇ ਇੱਥੋਂ ਤੱਕ ਟਿੱਪਣੀ ਕੀਤੀ ਹੈ ਕਿ ਸਰਕਾਰ ਕੌਮੀ ਸੁਰੱਖਿਆ ਨੂੰ ਇੱਕ ਸੰਦ ਵਜੋਂ ਵਰਤ ਰਹੀ ਹੈ ਤਾਂ ਕਿ ਨਾਗਰਿਕਾਂ ਨੂੰ ਕਾਨੂੰਨ ਤਹਿਤ ਮਿਲੇ ਉਪਾਵਾਂ ਤੋਂ ਵਾਂਝਾ ਕੀਤਾ ਜਾ ਸਕੇ ਤੇ ਕੌਮੀ ਸੁਰੱਖਿਆ ਦੇ ਦਾਅਵੇ ਇੰਜੀ ਹਵਾ ਵਿੱਚ ਨਹੀਂ ਕੀਤੇ ਜਾ ਸਕਦੇ ਇਸ ਦੀ ਹਮਾਇਤ ਲਈ ਲੋੜਿੰਦੇ ਤੱਥ ਹੋਣੇ ਚਾਹੀਦੇ ਨੇ ਮੌਜੂਦਾ ਹਾਲਾਤਾਂ ਦੇ ਵਿੱਚ ਸੁਪਰੀਮ ਕੋਰਟ ਦਾ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਦਿੱਤਾ ਗਿਆ ਬਿਆਨ ਬਹੁਤ ਹੀ ਮਾਇਨੇ ਰੱਖਦਾ ਹੈ ਪਰ ਵੱਡਾ ਸਵਾਲ ਤਾਂ ਇਹ ਵੀ ਨਾਲ ਹੀ ਖੜਾ ਹੁੰਦਾ ਹੈ ਕਿ ਸੁਪਰੀਮ ਕੋਰਟ ਦੇ ਜਿਹੜੇ ਪ੍ਰੈਸ ਦੇ ਹੱਕ ਦੇ ਵਿੱਚ ਦਿੱਤੇ ਗਏ ਵੱਡੇ ਬਿਆਨ ਅਮਲੀ ਤੌਰ ਤੇ ਸਰਕਾਰ ਤੇ ਕਿੰਨਾ ਕੁ ਅਸਰ ਕਰਦੇ ਨੇ ਅਹਿਮ ਖਬਰ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਪੁਲਿਸ ਨੇ 20 ਦਿਨ ਪਹਿਲਾਂ ਵਾਰਿਸ ਪੰਜਾਬ ਦੇ ਜਥੇਬੰਦੀ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ 18 ਮਾਰਚ ਨੂੰ ਸ਼ੁਰੂ ਹੋਈ ਕਾਰਵਾਈ ਲਗਾਤਾਰ ਚੱਲ ਰਹੀ ਹੈ ਕਿਉਂਕਿ ਹਾਲੇ ਤੱਕ ਜਥੇਬੰਦੀ ਦਾ ਪ੍ਰਧਾਨ ਅਮਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਮੀਡੀਆ ਦੇ ਵਿੱਚ ਵੀ ਇਹ ਮਸਲਾ ਠੰਡਾ ਪੈ ਗਿਆ ਜਾਪਦਾ ਹੈ ਪਰ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਹਾਲੇ ਤੱਕ ਤਾਇਨਾਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਫੌਜਾਂ ਨੂੰ ਵਾਪਸ ਭੇਜਣ ਦੀ ਮੰਗ ਕਰ ਰਹੀ ਹੈ ਇਸ ਦਰਮਿਆਨ ਅਮਰਿਤਪਾਲ ਸਿੰਘ ਦੀ ਜੋ ਮੰਗ ਸੀ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਸਾ ਸੱਦ ਜਾਵੇ ਜਥੇਦਾਰ ਸਾਹਿਬ ਦੇ ਵੱਲੋਂ ਸਰਬੱਤ ਖਾਲਸਾ ਸਦਕੇ ਆਪਣੀ ਜਥੇਦਾਰੀ ਦਾ ਸਬੂਤ ਪੇਸ਼ ਕੀਤਾ ਜਾਵੇ ਇਸ ਦੇ ਹਾਲੇ ਤੱਕ ਜਥੇਦਾਰ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਕੱਲ ਜਿਹੜੀ 7 April ਨੂੰ ਸਦਗੀ ਇਕਤਰਤਾ ਦਾ ਮੋੜ ਸਦਾ ਪੱਤਰਕਾਰਾਂ ਨੂੰ ਭੇਜਿਆ ਗਿਆ ਹੈ ਉਸ ਸੱਦੇ ਦੇ ਵਿੱਚ ਜਥੇਦਾਰ ਨੇ ਸਾਰੀਆਂ ਸੰਗਤਾਂ ਨੂੰ ਵੀ ਵਿਸਾਖੀ ਮੌਕੇ 12 ਤੇ 13 ਅਪ੍ਰੈਲ ਨੂੰ ਤਖਤਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਸ਼ਿਰਕਤ ਹੋਣ ਦਾ ਸੱਦਾ ਦਿੱਤਾ ਹੈ ਉਸ ਤੋਂ ਕਿਤਨਾ ਕਿਤੇ ਸਪਸ਼ਟ ਹੋ ਗਿਆ ਹੈ ਕਿ ਜਥੇਦਾਰ ਵੱਲੋਂ ਸਰਬੱਤ ਖਾਲਸਾ ਸੱਦਨ ਦੀ ਸੰਭਾਵਨਾ ਲਗਭਗ ਖਤਮ ਹੋ ਗਈ ਹੈ ਹਾਲਾਂਕਿ ਜਥੇਦਾਰ ਨੇ ਕੱਲ ਨੂੰ ਜਿਹੜੀ ਤਕਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਦੀ ਮੀਟਿੰਗ ਸੱਦੀ ਹੈ ਉਸ ਬਾਰੇ ਕਿਹਾ ਕਿ ਅੰਮ੍ਰਿਤਪਾਲ ਮਾਮਲੇ ਦੇ ਵਿੱਚ ਜਿਹੜੇ ਪੱਤਰਕਾਰਾਂ ਤੇ ਚਾਲਾਂ ਨੇ નિર્ਦੋਸ਼ ਸਿੱਖਾਂ ਦੇ ਹੱਕਾਂ ਦੇ ਵਿੱਚ ਆਵਾਜ਼ ਚੁੱਕੀ ਸੀ ਪੰਜਾਬ ਸਰਕਾਰ ਨੇ ਉਹਨਾਂ ਦੀ ਆਵਾਜ਼ ਕਾਰਵਾਈ ਕਰਕੇ ਬੰਦ ਕਰ ਦਿੱਤੀ ਹੈ ਇਸ ਲਈ ਹੁਣ ਮੀਟਿੰਗ ਦੇ ਵਿੱਚ ਕੌਮੀ ਹਿੱਤਾਂ ਦੀ ਪਹਿਰੇਦਾਰੀ ਵਾਸਤੇ ਸਿੱਖ ਮੀਡੀਆ ਦਾ ਯੋਗਦਾਨ ਵਿਚਾਰਾਂ ਦੇ ਪ੍ਰਗਟਤਵ ਦੀ ਆਜ਼ਾਦੀ ਸਿੱਖ ਮੀਡੀਆ ਨੂੰ ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ਤੇ ਚਰਚਾ ਹੋਵੇਗੀ ਦੂਸਰੇ ਪਾਸੇ ਕਈ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਵੀਡੀਓ ਕਿੱਤੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਜਾਂ ਫਿਰ ਪੰਜਾਬ ਸਰਕਾਰ ਦੇ ਵੱਲੋਂ ਇਸ ਮਸਲੇ ਦੇ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਪਟਿਆਲਾ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਦਾ ਆਗਾਜ਼ ਕਰ ਦਿੱਤਾ ਹੈ ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰਾਂਗੇ ਪਟਿਆਲਾ ਤੋਂ ਬਾਅਦ ਜਲੰਧਰ ਪਹੁੰਚੇ ਪੰਜਾਬ ਅਤੇ ਦਿੱਲੀ ਦੇ ਦੋਵੇਂ ਮੁੱਖ ਮੰਤਰੀਆਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਜਲੰਧਰ ਜ਼ਿਮਨੀ ਚੋਣ ਦੀ ਮੁਹਿੰਮ ਨੂੰ ਪਖਾ ਦਤਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ ਉਮੀਦਵਾਰ ਦੀ ਚੋਣ ਲੋਕਾਂ ਦੀ رائے ਦੇ ਆਧਾਰ ਤੇ ਕੀਤੀ ਜਾਵੇਗੀ ਇਸ ਮੌਕੇ ਦੋਵੇਂ ਮੁੱਖ ਮੰਤਰੀਆਂ ਨੇ ਆਪਣੀਆਂ ਆਪਣੀਆਂ ਸਰਕਾਰਾਂ ਦੇ ਤੇ ਇੱਕ ਦੂਜੇ ਦੇ ਕਾਫੀ ਗੁਣ ਕਾਣ ਕੀਤੇ ਬੀਬੀਐਮਬੀ ਦੀ ਗੱਲ ਕਰ ਲਈਏ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਮੁੱਚੇ ਪ੍ਰਬੰਧਨ ਜੋ ਹੁਣ ਪੰਜਾਬ ਦਾ ਪੱਕੇ ਤੌਰ ਤੇ ਬਾਹਰ ਹੋਣਾ ਤੈਅ ਜਾਪਦਾ ਹੈ ਕਿਉਂਕਿ ਸਿਆਸੀ ਰੌਲੇ ਰੱਪੇ ਦੇ ਬਾਵਜੂਦ ਕੇਂਦਰ ਸਰਕਾਰ ਨੇ ਚੇਅਰਮੈਨੀ ਦੇ ਲਈ ਤੈਅ ਯੋਗਤਾ ਤੇ ਸ਼ਰਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਕੇਂਦਰੀ ਬਿਜਲੀ ਮੰਤਰਾਲੇ ਨੇ BBMP ਦਾ ਨਵਾਂ ਚੇਅਰਮੈਨ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਚਾਹਵਾਨਾਂ ਨੇ 21 ਮਾਰਚ ਤੱਕ ਆਪਣੇ ਵੇਰਵੇ ਭੇਜ ਦਿੱਤੇ ਨੇ BBMP ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਜਿਹੜਾ ਮੈਂਬਰ ਹੁੰਦਾ ਸੀ ਪਾਵਰ ਨਾਲ ਸੰਬੰਧਿਤ ਤੋਂ ਪੱਕਾ ਮੈਂਬਰ ਹੁੰਦਾ ਸੀ ਅਤੇ ਸਿੰਚਾਈ ਮੈਂਬਰ ਹਰਿਆਣਾ ਦੀ ਸਥਾਈ ਪ੍ਰਤੀਨਿਧਤਾ ਕਰਦਾ ਸੀ ਪਰ ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਤੁਰੰਤ ਬਾਅਦ ਇਹਨਾਂ ਦੋਵਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਦੋਵੇਂ ਅਹੁਦੇ ਇਸ ਵਕਤ ਖਾਲੀ ਪਏ ਨੇ ਬੀਬੀਐਮਬੀ ਦੇ ਮੌਜੂਦਾ ਚੇਅਰਮੈਨ ਦਾ ਕਾਰਜਕਾਲ 1 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਗਲੇ ਚੇਅਰਮੈਨ ਦੀ ਨਿਯੁਕਤੀ ਦੇ ਲਈ ਕੇਂਦਰੀ ਬਿਜਲੀ ਮੰਤਰਾਲੇ ਨੇ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਚੇਅਰਮੈਨੀ ਦੇ ਲਈ ਚਾਹਵਾਨਾਂ ਤੋਂ 21 ਫਰਵਰੀ ਨੂੰ ਦਰਖਾਸਤਾਂ ਮੰਗੀਆਂ ਗਈਆਂ ਸੀ ਤਿੰਨ ਯੋਗਤਾ ਦੇ ਲਈ ਯੋਗਤਾ ਦਾ ਜਿਹੜਾ ਪੈਮਾਨਾ ਰੱਖਿਆ ਗਿਆ ਉਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਹੱਥੋਂ ਚੇਅਰਮੈਨੀ ਵੀ ਨਿਕਲਨੀ ਤੈ ਹੈ ਕਿਉਂਕਿ ਚੇਅਰਮੈਨ ਦੀ ਨਿਯੁਕਤੀ ਦੇ ਲਈ ਨਿਰਧਾਰਿਤ ਯੋਗਤਾ ਕਿਸੇ ਪੱਖੋਂ ਵੀ ਪੰਜਾਬ ਦੇ ਅਨੁਕੂਲ ਨਹੀਂ ਹੈ ਤੇ ਨਾ ਹੀ ਕੇਂਦਰ ਸਰਕਾਰ ਦੇ ਵੱਲੋਂ ਸ਼ਰਤਾਂ ਦੇ ਵਿੱਚ ਕੋਈ ਬਦਲਾਅ ਕੀਤਾ ਜਾ ਰਿਹਾ ਜਿਸ ਤੋਂ ਸਾਫ਼ ਹੈ ਕਿ BBMP ਦੇ ਵਿੱਚ ਪੰਜਾਬ ਦੀ ਪ੍ਰਧਾਨਗੀ ਵੀ ਖੁੱਸ ਜਾਵੇਗੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਮੈਂਬਰਾਂ ਤੇ ਵੀ ਚੇਅਰਮੈਨੀ ਵਾਲੀਆਂ ਸ਼ਰਤਾਂ ਲਾਗੂ ਕੀਤੀਆਂ ਨੇ ਜਿਸ ਕਰਕੇ ਸਮੁੱਚੇ ਭਾਰਤ ਦੇ ਵਿੱਚੋਂ ਕਿਤੋਂ ਵੀ ਇਹ ਮੈਂਬਰ ਲਾਏ ਜਾਣ ਦਾ ਰਾਹ ਖੋਲ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਇਸੇ ਤਰ੍ਹਾਂ ਪਹਿਲਾਂ ਹੀ BBMB ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਦਾ ਫੈਸਲਾ ਲਿਆ ਸੀ ਯਾਨੀ ਕਿ ਪੰਜਾਬ ਦੇ ਹੱਥੋਂ ਸੁਰੱਖਿਆ ਤਾਂ ਪਹਿਲਾਂ ਹੀ ਖੁੱਸ ਚੁੱਕੀ ਹੈ ਹਾਲਾਂਕਿ ਮੌਜੂਦਾ ਸਰਕਾਰ ਨੇ ਤੇ ਵਿਰੋਧੀ ਧਿਰਾਂ ਨੇ ਕਾਫੀ ਦਬਾਅ ਪਾਇਆ ਸੀ ਸ਼ਰਤਾਂ ਬਦਲਣ ਦਾ ਪਰ ਦਬਾਅ ਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਸ਼ਰਤਾਂ ਨਹੀਂ ਬਦਲੀਆਂ ਸਾਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਵਿਸ਼ੇਸ਼ ਸੀਬੀ ਅਦਾਲਤ ਨੇ ਕੱਲ ਸਾਬਕਾ ਫੌਜੀ ਅਫਸਰ ਪਿਆਰਾ ਸਿੰਘ ਤੇ ਉਸਦੇ ਪੁੱਤ ਹਰਪੂਲ ਸਿੰਘ ਤੇ ਭਤੀਜੇ ਗੁਰਦੀਪ ਸਿੰਘ ਸਮੇਤ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਨਜਾਇਜ਼ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਭੇਤ ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਤਿੰਨ ਦਹਾਕੇ ਤੋਂ ਵੱਧ ਪੁਰਾਣੇ ਇੱਕ ਮਾਮਲੇ ਦਾ ਨਵੇੜਾ ਕਰਦਿਆ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐਸਐਚਓ ਸਿੰਦਰਪਾਲ ਸਿੰਘ ਨੂੰ 10 ਸਾਲ ਕੈਦ ਤੇ 2 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਯਾਨੀ ਕਿ ਤਿੰਨ ਦਹਾਕਿਆਂ ਤੋਂ ਵੱਧ ਪੁਰਾਣੇ ਅਗਵਾਹ ਕੇਸ ਤੇ ਵਿੱਚ ਪਿਛਲੇ ਦਿਨੀ ਜਿਹੜੇ ਐਸਐਚਓ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਉਸ ਨੂੰ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ। ਵਿਦੇਤ ਪਰਿਵਾਰ ਤੇ ਉਹਨਾਂ ਦੇ ਵਕੀਲਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 23 ਜੁਲਾਈ 1992 ਦੇ ਵਿੱਚ ਸਾਬਕਾ ਆਰਮੀ ਅਫਸਰ ਪਿਆਰਾ ਸਿੰਘ ਸਮੇਤ 4 ਜਣਿਆਂ ਨੂੰ ਘਰੋਂ ਚੁੱਕ ਕੇ ਕਈ ਦਿਨਾਂ ਤੱਕ ਨਜਾਇਜ਼ ਹਿਰਾਸਤ ਵਿੱਚ ਰੱਖਿਆ ਤੇ ਬਾਅਦ ਵਿੱਚ ਭੇਤ ਭਰੇ ਢੰਗ ਦੇ ਨਾਲ ਲਾਪਤਾ ਕਰ ਦਿੱਤਾ ਹਾਲਾਂਕਿ ਉਸ ਦੌਰ ਦੇ ਵਿੱਚ ਲਾਪਤਾ ਕੀਤੇ ਜਾਣ ਦੀ ਕਹਾਣੀ ਦਾ ਸੱਚ ਕੀ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਪੁਲਿਸਿਸ ਧੱਕੇਸ਼ਾਹੀ ਖਿਲਾਫ ਪੀੜਤ ਪਰਿਵਾਰ ਲਗਭਗ 3 ਦਹਾਕਿਆਂ ਤੋਂ ਸਮੇਂ ਦੀ ਸਰਕਾਰਾਂ ਤੇ ਉੱਚ ਅਧਿਕਾਰੀਆਂ 'ਤੇ ਇਨਸਾਫ ਦੀਆਂ ਅਪੀਲਾਂ ਕਰ ਰਹੇ ਸਨ 1996 ਦੇ ਵਿੱਚ ਸਾਬਕਾ ਆਰਮੀ ਅਫਸਰ ਦੀ ਪਤਨੀ ਜਗੀਰ ਕੌਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਉੱਚ ਅਦਾਲਤ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪੀ ਸੀ ਜਿਸ ਤੋਂ ਬਾਅਦ ਹੁਣ ਕਿਤੇ ਜਾ ਕੇ ਇਸ ਕੇਸ ਦਾ ਨਿਬੇੜਾ ਹੋਇਆ ਪੀੜਤਾਂ ਦੇ ਵਕੀਲ ਸਰਬਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਐਸ ਜੋ सुरेंद्रਪਾਲ ਸਿੰਘ ਜਸਵੰਤ ਸਿੰਘ ਖਾਲੜਾ ਕੇਸ ਦੇ ਵਿੱਚ ਵੀ ਪਿਛਲੇ 18 ਸਾਲਾਂ ਤੋਂ ਵੱਖ-ਵੱਖ ਮਾਮਲਿਆਂ 'ਚ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ ਤੇ ਉਸ ਦੀ ਸਜ਼ਾ ਦੇ ਵਿੱਚ 10 ਸਾਲ ਦਾ ਹੋਰ ਵਾਧਾ ਹੋ ਗਿਆ। ਡੇਰਾਬਸੀ ਦੇ ਇੰਡਸ ਹਸਪਤਾਲ ਕਿਡਨੀ ਸਕੈਮ ਦੇ ਨਾਲ ਜੁੜੀ ਖਬਰ ਹੈ ਕਿ ਇਸ ਮਾਮਲੇ ਦੇ ਵਿੱਚ ਗੁਰਦਾ ਕਢਵਾਉਣ ਵਾਲੇ ਪੀੜਤ ਕਪਿਲ ਨੇ ਦਾਵਾ ਕੀਤਾ ਹੈ ਕਿ ਇਸ ਕੰਮ ਦੇ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਤੋਂ ਲੈ ਕੇ ਡਾਕਟਰ ਵੀ ਕਥਿਤ ਤੌਰ ਤੇ ਇਦਰੇ ਲਏ ਹੋਏ ਨੇ ਤੇ ਹੁਣ ਸਾਰੀ ਗੱਲ ਕੋਆਰਡੀਨੇਟਰ ਤੇ ਪਾ ਕੇ ਆਪਣਾ ਪੱਲਾ ਝਾੜ ਰਹੇ ਨੇ। ਕਪਿਲ ਨੇ ਦੱਸਿਆ ਕਿ ਗੁਰਦਾ ਕੱਢਣ ਤੋਂ ਪਹਿਲਾਂ ਡਾਕਟਰਾਂ ਨੇ ਪਹਿਲਾਂ ਵਾਂਗੂ ਤੰਦਰੁਸਤ ਜ਼ਿੰਦਗੀ ਜੋਨ ਦਾ ਪਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ 2 ਮਹੀਨੇ ਬੈੱਡ ਤੇ ਆਰਾਮ ਕਰਨਾ ਪਏਗਾ ਤੇ ਸਾਰੀ ਜ਼ਿੰਦਗੀ ਇਸ ਦਾ ਅਸਰ ਰਹੇਗਾ। ਉਹਨੇ ਦੱਸਿਆ ਕਿ ਹਸਪਤਾਲ ਵੱਲੋਂ ਆਪਰੇਸ਼ਨ ਕਰਨ ਤੋਂ 3 ਦਿਨ ਬਾਅਦ ਦਿਖਾਵੇ ਲਈ ਉਹਦੀ ਛੁੱਟੀ ਕਰ ਦਿੱਤੀ ਗਈ ਜਦ ਕਿ ਅਗਲੇ 3 ਦਿਨ ਡੇਰਾ ਬਸੀ ਦੇ ਇੱਕ ਨਿੱਜੀ ਗੈਸਟ ਹਾਊਸ ਤੇ ਵਿੱਚ ਰੱਖਿਆ ਗਿਆ ਜਿੱਥੇ ਉਸ ਦੀ ਦੇਖ ਰਹਿ ਕਰਨ ਲਈ ਇੱਕ ਸੇਵਕ ਦਿੱਤਾ ਗਿਆ। ਦੂਸਰੀ ਵਾਰ ਸਿਹਤਾਲ ਦੇ ਕਲੀਨिकल ਡਾਇਰੈਕਟਰ ਡਾਕਟਰ ਐਸ ਬੇਦੀ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਹਨਾਂ ਨੇ ਉਲਟਾ ਕਿਹਾ ਕਿ ਕੋਆਰਡੀਨੇਟਰ ਤੇ ਕਿਡਨੀ ਕਢਵਾਉਣ ਤੇ ਪਾਉਣ ਵਾਲੇ ਵਿਅਕਤੀ ਨੇ ਜਾਲੀ ਦਸਤਾਵੇਜ਼ ਪੇਸ਼ ਕਰਕੇ ਹਸਪਤਾਲ ਦੇ ਨਾਲ ਧੋਖਾ ਕੀਤਾ ਤੇ ਇਹਨਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਕਾਂਗਰਸੀ ਲੀਡਰ ਰਾਹੁਲ ਗਾਂਧੀ ਨੂੰ ਸੁਣਾਈ ਗਈ ਸਜ਼ਾ ਦੇ ਖਿਲਾਫ ਕੱਲ ਪੰਜਾਬ ਕਾਂਗਰਸ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਦੇ ਵਿੱਚ ਲੁਧਿਆਣਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਇਸ ਮੌਕੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਇੰਚਾਰਜ ਹਰੀਸ਼ ਚੌਧਰੀ ਵੀ ਪਹੁੰਚੇ ਹੋਏ ਸਨ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਜ਼ਿਸ਼ ਤਹਿਤ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਦਬਾਈ ਹੈ ਤੇ ਮੋਦੀ ਸਰਕਾਰ ਤੇ ਵਿਰੋਧੀ ਸਿਆਸੀ ਤਰ੍ਹਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਵੀ ਲਾਇਆ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੇਂਦਰ ਸਰਕਾਰ ਦੀ ਰਾਹ ਤੇ ਚੱਲ ਰਹੀ ਹੈ ਕੇਂਦਰ ਸਰਕਾਰ ਈਡੀ ਦੀ ਵਰਤੋਂ ਕਰ ਰਹੀ ਹੈ ਤੇ ਸੂਬਾ ਸਰਕਾਰ ਆਗੂਆਂ ਨੂੰ ਦਬਾਉਣ ਦੇ ਲਈ ਵਿਜੀਲੈਂਸ ਦੀ ਵਰਤੋਂ ਕਰ ਰਹੀ ਹੈ ਲੁਧਿਆਣਾ ਦੇ ਵਿੱਚ ਹੋ ਰਹੇ ਇਸ ਪ੍ਰਦਰਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਤੇ ਰਾਜਾ ਵੜਿੰਗ ਨੇ ਕਿਹਾ ਕਿ ਧਰਨਾ ਜ਼ਿਲ੍ਹਾ ਕਾਂਗਰਸ ਦਾ ਹੈ ਤੇ ਪੱਤਰਕਾਰ ਜਾਣ ਬੁਝ ਕੇ ਨਵਜੋਤ ਸਿੱਧੂ ਨਾਲ ਜੁੜੇ ਸਵਾਲ ਪੁੱਛ ਰਹੇ ਨੇ ਉਹਨਾਂ ਨੇ ਕਿਹਾ ਕਿ ਸਿੱਧੂ ਸਾਡੇ ਸੀਨੀਅਰ ਲੀਡਰ ਨੇ ਜਦੋਂ ਕਾਂਗਰਸ ਅੰਮ੍ਰਿਤਸਰ ਦੇ ਵਿੱਚ ਮਾਰਚ ਕਰੇਗੀ ਤਾਂ ਸਿੱਧੂ ਨੂੰ ਜ਼ਰੂਰ ਸੱਦਾ ਦਿੱਤਾ ਜਾਊਗਾ ਆਮ ਆਦਮੀ ਪਾਰਟੀ ਨੇ ਕਾਰਵਾਈ ਕਰਦਿਆਂ ਉਹਨਾਂ ਨੂੰ ਕੰਮ ਕਰਵਾਉਣ ਬਦਲੇ ਪੈਸੇ ਲੈਣ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅਤਲ ਕਰ ਦਿੱਤਾ ਹੈ ਪਾਰਟੀ ਨੇ ਜ਼ਿਲ੍ਹਾ ਸਕਤਰ ਤੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਤਰ ਸ਼ੈਰੀ ਪ੍ਰਧਾਨ ਐਡਵੋਕੇਟ ਕਮਲ ਗੋਇਲ ਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਕੱਢ ਦਿੱਤਾ ਹੈ ਇਸ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਸਿਆਸੀ ਸਰਗਰਮੀਆਂ ਨੇ ਤੇਜ਼ੀ ਫੜ ਲਈ ਹੈ ਪਾਰਟੀ ਨੂੰ ਸਸਪੈਂਡ ਕੀਤੀ ਮਾਰਕੀਟ ਕਮੇਟੀ ਮਾਨਸਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਪੁੱਛਰਨੇ ਕਿਹਾ ਕਿ ਪਾਰਟੀ ਦਾ ਫੈਸਲਾ ਖਿੜੇ ਮੱਥੇ ਸਵੀਕਾਰ ਹੈ ਪਰ ਚੰਗਾ ਹੁੰਦਾ ਕਿ ਪਾਰਟੀ ਇਸ ਦੀ ਗੰਭੀਰਤਾ ਨਾਲ ਜਾਂਚ ਕਰਦੀ ਵੀਡੀਓ ਵਾਇਰਲ ਕਰਨ ਵਾਲੇ ਨੂੰ ਵੀ ਸਾਹਮਣੇ ਲਿਆਂਦਾ ਜਾਂਦਾ ਤੇ ਜਾਂਚ ਕੀਤੀ ਜਾਂਦੀ ਕਿ ਵਾਇਰਲ ਵੀਡੀਓ ਦਾ ਅਸਲ ਸੱਚ ਕੀ ਹੈ ਇਸ ਮਾਮਲੇ 'ਚ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਇਹਨਾਂ 'ਤੇ ਆਗੂਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦੇ ਵਿੱਚ ਕਰੋਨਾ ਦਾ ਇੱਕ ਵਾਰੀ ਫਿਰ ਤੋਂ ਰੌਲਾ ਸ਼ੁਰੂ ਹੋ ਗਿਆ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ 4 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਕੋਵਿਡ ਦੇ 73 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਜਿਸ ਨਾਲ ਸੂਬੇ ਦੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 396 ਹੋ ਗਈ ਹੈ ਪੂਰੇ ਦੇਸ਼ ਦੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 23000 ਤੋਂ ਵੱਧ ਗਈ ਹੈ ਨਵੇਂ ਵੇਰੀਐਂਟ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਵਿੱਚ ਦਰਜ ਕੀਤੇ ਗਏ ਨੇ ਕੋਵਿਡ ਉੰਨੀ ਦੇ ਵੱਧੇ ਮਾਮਲਿਆਂ ਕਰਕੇ ਸੁਪਰੀਮ ਕੋਰਟ ਵੀ ਵੀਡੀਓ ਕਾਨਫਰੰਸ ਰਾਹੀਂ ਦਲੀਲਾਂ ਸੁਣਨ ਨੂੰ ਤਿਆਰ ਹੈ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰ ਚੂਡੇ ਦੇ ਟੈਂਮਬਰੀ ਬੈਂਚ ਨੇ ਕਿਹਾ ਹੈ ਕਿ ਅਦਾਲਤ ਵਕੀਲਾਂ ਨੂੰ ਹਾਈਬ੍ਰਿਡ ਮੋਡ ਯਾਨੀ ਕਿ ਹਾਟੇ ਵਿੱਚ ਜਾਂ ਫਿਰ ਆਨਲਾਈਨ ਮੋਡ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦੇਣ ਲਈ ਤਿਆਰ ਹੈ ਚੀਫ ਜਸਟਿਸ ਨੇ ਕਿਹਾ ਕਿ ਉਹ ਵਕੀਲਾਂ ਦੀਆਂ ਦਲੀਲਾਂ ਵੀਡੀਓ ਕਾਨਫਰੰਸ ਰਾਹੀਂ ਸੁਣ ਸਕਦੇ ਨੇ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਦਈਏ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਪੈ ਰਹੇ ਮੀਂਹ ਤੋਂ ਬਾਅਦ ਹੁਣ ਤਿੱਖੀਆਂ ਧੁੱਪਾਂ ਦੇ ਦਰਸ਼ਨ ਹੋਣਗੇ ਤੇ ਗਰਮ ਵੀ ਵਦੂਗੀ ਅਗਲੇ ਦਿਨਾਂ ਦੇ ਵਿੱਚ ਸਵੇਰ ਦਾ ਮੌਸਮ ਸਾਫ਼ ਰਹੇਗਾ ਚੰਡੀਗੜ੍ਹ ਮੌਸਮ ਕੇਂਦਰ ਦੀ ਜਾਣਕਾਰੀ ਦੇ ਮੁਤਾਬਿਕ ਆਉਣ ਵਾਲੇ 5 ਦਿਨ ਮੌਸਮ ਬਿਲਕੁਲ ਖੁਸ਼ਕ ਰਹੇਗਾ 9 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤਾਪਮਨ ਦੇ ਵਿੱਚ ਵੀ ਇੱਕਦਮ ਵਾਧਾ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਵੀ ਅਗਲੇ ਦਿਨਾਂ 'ਚ ਮੌਸਮ ਸਾਫ਼ ਰਹੇਂਗਾ ਇਹ ਮੌਸਮ ਵਿਭਾਗ ਦੇ ਮੁਤਾਬਿਕ ਹੁਣ ਇੱਕ ਵਾਰੀ ਫੇਰ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਮੌਸਮ ਤੇਜ਼ੀ ਦੇ ਨਾਲ ਬਦਲਣ ਵਾਲਾ ਹੈ ਅਤਿ ਗਰਮੀ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤਾਪਮਨ ਦੇ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਹੋਣ ਵਾਲਾ ਹੈ ਅਕਾਲੀ ਦਿਨਾਂ ਵਿੱਚ ਦਿੱਲੀ ਦਾ ਤਾਪਮਾਨ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਦ ਕਿ ਅਗਲੇ 3 ਦਿਨਾਂ ਦੌਰਾਨ ਪੱਛਮੀ ਹਿਮਾਲਿਆਨ ਖੇਤਰ ਦੇ ਵਿੱਚ ਛਿਟਪੁਟਮੀ ਪੈ ਸਕਦਾ ਹੈ ਪੰਜਾਬ ਦੇ ਦੋ ਉਹਨਾਂ ਅਹਿਮ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਵਿਰੋਧੀਆਂ ਨੇ ਸਰਕਾਰ ਨੂੰ ਯਾਦ ਕਰਵਾਏ ਨੇ ਪਹਿਲਾਂ ਤਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਦਾ ਮਾਮਲਾ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕੀਤੇ ਨੇ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਇਸ ਇੰਟਰਵਿਊ ਨੂੰ ਲੈ ਕੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਕੋਈ ਅਫਸਰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਸਰਕਾਰ ਨੇ ਕਮੇਟੀ ਤਾਂ ਬਣਾ ਦਿੱਤੀ ਸੀ ਉਸਨੇ ਹਾਲੇ ਤੱਕ ਰਿਪੋਰਟ ਕਿਉਂ ਨਹੀਂ ਦਿੱਤੀ ਡੀਜੀਪੀ ਦੀ ਸਟੇਟਮੈਂਟ ਤੋਂ ਬਾਅਦ ਗੈਂਗਸਟਰ ਨੇ ਚੈਲੰਜ ਕਰਕੇ ਦੁਬਾਰਾ ਜੇਲ੍ਹ ਦੇ ਵਿੱਚੋਂ ਇੱਕ ਵੱਡਾ ਇੰਟਰਵਿਊ ਦਿੱਤਾ ਵੀਡੀਓ ਇੰਟਰਵਿਊ ਦਿੱਤਾ ਪੰਜਾਬ ਦੀ ਜੇਲ੍ਹ ਚੋਂ ਦਿੱਤਾ ਪਰ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਮਾਨ ਸਰਕਾਰ ਹੈ ਜਿਹੜੀ ਉਸ ਸੂਬੇ ਦੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਤੋਂ ਬੇਖੌਫ ਹੈ ਅਕਾਲੀ ਦਲ ਦੀ ਬਠਿੰਡਾ ਤੋਂ ਐਮਪੀ ਅਤੇ ਸੀਨੀਅਰ ਲੀਡਰ ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ ਤੇ ਇਹ ਸਵਾਲ ਚੁੱਕੇ ਨੇ ਲਾਰੈਂਸ ਬਿਸ਼ਨੋਈ ਨੂੰ ਪ੍ਰਾਈਵੇਟ ਚੈਨਲ ਨੂੰ ਇੰਟਰਵਿਊ ਦਿੱਤੇ ਹੋਏ ਤਕਰੀਬਨ ਮਹੀਨਾ ਹੋਣ ਨੂੰ ਆਇਆ ਹੈਗਾ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਤੇ ਮੁੱਖ ਮੰਤਰੀ ਤੇ ਨਾਲ ਇਹ ਕੇਜਰੀਵਾਲ ਇਹ ਆਮ ਆਦਮੀ ਸਰਕਾਰ ਦਾ ਹਰੇਕ ਐਮਐਲਏ ਜਵਾਬ ਦੇ ਕਿ ਇਹ ਖੋਖਿਆ ਗੈਂਗਸਟਰ ਖਤਰਨਾਕ ਗੈਂਗਸਟਰ ਬਠਿੰਡੇ ਦੀ ਹਾਈ ਸਿਕਿਉਰਿਟੀ ਜੇਲ੍ਹ ਜਿੱਥੇ ਇੱਕ ਫੋਨ ਤੱਕ ਨਹੀਂ ਅੰਦਰ ਜਾ ਸਕਦਾ ਉਹਨੂੰ ਇੰਟਰਨੈਟ ਫੈਸਿਲਿਟੀਆਂ ਦੇ ਨਾਲ 스마트ਫੋਨ ਦੇ ਨਾਲ ਇੱਕ ਘੰਟੇ ਦਾ ਸਮਾਂ ਇੱਕ ਪ੍ਰਾਈਵੇਟ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਦਾ ਕਿੱਥੋਂ ਇਹ ਮੌਕਾ ਮਿਲਿਆ ਤੇ ਹੈਰਾਨੀ ਦੀ ਗੱਲ ਕਿ ਪੂਰੇ ਸਾਰੇ ਦੇਸ਼ ਨੇ ਦੇਖਿਆ ساری ਦੁਨੀਆ ਨੇ ਦੇਖਿਆ ਲੇਕਿਨ ਇੱਕ ਮਹੀਨੇ ਦੇ ਬਾਅਦ ਜਿਹੜਾ ਹੋਮ ਮਿਨਿਸਟਰ ਮੁੱਖ ਮੰਤਰੀ ਹੈਗਾ ਅੱਜ ਤਾਈਂ ਨਾ ਕੋਈ ਸਸਪੈਂਡ ਹੋਇਆ ਹੈ ਨਾ ਕੋਈ ਜ਼ਿੰਮੇਵਾਰ ਇਹਦਾ ਖੱਠਾ ਰਾਇਆ ਗਿਆ ਤੇ ਨਾ ਹੀ ਕੋਈ ਐਕਸ਼ਨ ਦਿੱਤਾ ਗਿਆ ਤੇ ਤੁਸੀਂ ਦੇਖੋ ਗੈਂਗਸਟਰਾਂ ਦੀ ਕਿਹੋ ਜੀ ਤੋਰ ਹੈਗੀ ਅੱਜ ਪੰਜਾਬ 'ਚ ਕਿ ਜਿਹੜਾ DGP ਉਹ ਵੀ ਐਡੀਸ਼ਨਲ ਚਾਰਜ ਹੈ ਤਾਂ ਪੂਰ ਫੁੱਲ ਟਾਈਮ DGP ਨਹੀਂ ला सके ਜਿਹਦਾ ਕੰਮ ਹੀ ਸਿਰਫ ਇਹਨਾਂ ਨੂੰ ਕੰਟਰੋਲ ਕਰ ਲੈਣਾ ਹੋਵੇ ਦੁਜੀਵਾਸੀ ਕਾਂਗਰਸੀ ਲੀਡਰ ਤੇ ਐਮਐਲਏ ਸੁਪਾਲ ਖਹਿਰਾ ਨੇ ਡਰੱਗ ਮਾਮਲੇ ਦੇ ਵਿੱਚ ਮੁੱਖ ਮੰਤਰੀ ਕੋਲ ਪਹੁੰਚੀਆਂ ਤਿੰਨ ਰਿਪੋਰਟਾਂ ਤੇ ਸੀਐਮ ਨੂੰ ਸਵਾਲ ਕਰਦੇ ਆ ਉਮੀਦ ਵੀ ਜਤਾਈ ਹੈ ਕਿ ਸੀਐਮ ਭਗਵੰਤ ਮਾਨ ਕੋਲ ਜੇ ਤਿੰਨ ਰਿਪੋਰਟਾਂ ਪਹੁੰਚ ਚੁੱਕੀਆਂ ਨੇ ਤਾਂ ਉਮੀਦ ਹੈ ਕਿ ਛੇਤੀ ਕਾਰਵਾਈ ਹੋਏਗੀ ਕਿਉਂਕਿ ਪੰਜਾਬ ਵਾਸੀ ਜਾਣਨਾ ਚਾਹੁੰਦੇ ਨੇ ਕਿ ਨਸ਼ਿਆਂ ਦੀ ਵੱਡੀ ਤਸਕਰੀ ਦੇ ਰਾਹੀਂ ਸਾਡੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਇਕੱਠ ਚੋੜ ਕਿਸ ਨੇ ਕੀਤਾ ਸੀ ਸਾਨੂੰ ਪੂਰੀ ਉਮੀਦ ਹੈ ਕਿ ਜੇ ਕੋਈ ਤਾਕਤਵਰ ਸਿਆਸਤਦਾਨ ਤੇ ਪੁਲਿਸ ਅਧਿਕਾਰੀ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੈ ਤਾਂ ਉਹਨਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਹੋਵੇਗੀ ਦਰਅਸਲ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਜਵਾਨੀ ਦੇ ਵਿੱਚ ਚਿੱਟੇ ਦਾ ਜ਼ਹਿਰ ਖੋਲਣ ਵਾਲਿਆਂ ਖਿਲਾਫ ਸਖਤ ਕਾਰਵਾਈ ਦਾ ਐਲਾਨ ਕੀਤਾ ਸੀ ਸੋ ਹੁਣ ਵਿਰੋਧੀ ਲੀਡਰ ਕਹਿ ਰਹੇ ਨੇ ਕਿ ਰਿਪੋਰਟਾਂ ਤੁਹਾਡੇ ਕੋਲ ਜੇ ਆ ਗਈਆਂ ਨੇ ਤਾਂ ਉਹਨਾਂ ਨੂੰ ਖੋਲੋ ਤੇ ਕਾਰਵਾਈ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰੇ ਸਵੇਰੇ ਬੁੱਧਵਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੱਤਾ ਤੇ ਕਿਹਾ ਕਿ ਪੰਜਾਬ ਦੇ ਨੌਜਵਾਨ ਪ੍ਰਤਿਭਾ ਦੇ ਨਾਲ ਭਰੇ ਹੋਏ ਨੇ ਦ੍ਰਿੜ ਇਰਾਦੇ ਵਾਲੇ ਤੇ ਜਨੂਨ ਵਾਲੇ ਨੇ ਪਰ ਮੌਕਿਆਂ ਦੀ ਘਾਟ ਨਾਲ ਜੂਝ ਰਹੇ ਨੇ ਤੇ ਸਰਕਾਰ ਨੌਜਵਾਨਾਂ ਦੀ ਆਰਥਿਕ ਮਦਦ ਕਰੇਗੀ ਮੁੱਖ ਮੰਤਰੀ ਨੇ ਹਰ ਮਹੀਨੇ ਦੋ ਨੌਜਵਾਨ ਸੁਭਾਵਾਂ ਕਿਤੇ ਜਾਂਦਾ ਵੀ ਐਲਾਨ ਕੀਤਾ ਹੈ ਜਿਸ ਦੌਰਾਨ ਨੌਜਵਾਨ ਤੇ ਕਾਰੋਬਾਰੀ ਵਿਚਾਰ ਸਾਂਝੇ ਕਰ ਸਕਣਗੇ ਲੋੜੀਂਦੀ ਮਦਦ ਲੈ ਸਕਣਗੇ ਮੁੱਖ ਮੰਤਰੀ ਨੌਜਵਾਨਾਂ ਦੇ ਨਾਲ ਗੱਲ ਕਰਿਆ ਕਰਨਗੇ ਸੀਐਮ ਨੇ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਨਵੇਂ ਵਪਾਰਕ ਉਦਮ ਸ਼ੁਰੂ ਕਰਨ ਦੇ ਲਈ ਪੂਰਾ ਸਹਿਯੋਗ ਦੇਵੇਗੀ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਬਣ ਦੀ ਬਜਾਏ ਨੌਕਰੀਆਂ ਦੇਣ ਵਾਲੇ ਬਣਨਾ ਚਾਹੀਦਾ ਹੈ ਸੁਨੇਹਾ ਸੀਐਮ ਨੇ ਦਿੱਤਾ ਮਾਨਯੋਗ ਤਕਨੀਕੀ ਸੰਸਥਾਵਾਂ ਦੇ ਵਿੱਚ ਦਾਖਲਾ ਘੱਟ ਹੁੰਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਕਿਉਂ ਅਸੀਂ ਇਹ ਤੋਂ ਦੂਰ ਜਾ ਰਹੇ ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਦਾਖਲਾ ਸਿਰਫ 34 ਤੋਂ 35% ਦੀ ਹੈ ਜਲੰਧਰ ਦੀ ਐਲਪੀਯੂ ਯੂਨੀਵਰਸਿਟੀ ਦੇ ਵਿੱਚ 40000 ਤੋਂ ਵੱਧ ਵਿਦਿਆਰਥੀ ਨੇ ਪਰ ਇਹਨਾਂ ਵਿੱਚੋਂ ਪੰਜਾਬ ਦੇ ਵਿਦਿਆਰਥੀ ਸਿਰਫ 5200 ਤੋਂ ਲੈ ਕੇ 5500 ਤੱਕ ਨੇ ਬਾਕੀ ਸਾਰੇ ਬਾਹਰਲੇ ਵਿਦਿਆਰਥੀ ਨੇ ਨੌਜਵਾਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਆਪਣੇ ਰੋਲ ਮਾਡਲ ਖੁਦ ਬਣੋ ਮਹੀਨੇ ਦੇ ਵਿੱਚ ਦੋ ਹਰ 15 ਦਿਨਾਂ ਬਾਅਦ ਨੌਜਵਾਨ ਸਭਾ ਮਾਂ ਕਰਿਆ ਕਰਾਂਗੇ ਨੌਜਵਾਨ ਸਭਾ ਆਪਾਂ ਕਰਾਂਗੇ ਉਹ ਚ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਜਿੰਨਾਂ ਕੋਲ ਇਹ ਅਲੱਗ-ਅਲੱਗ ਆਈਡੀਆ ਨੇ ਉਹਨਾਂ ਨੂੰ ਮਿਲਾਂਗੇ ਉਹਨਾਂ ਤੋਂ ਆਈਡੀਆਜ਼ ਲਵਾਂਗੇ ਤੇ ਉਹਨਾਂ ਆਈਡੀਆਜ਼ ਨੂੰ ਡਿਵੈਲਪ ਕਰਕੇ ਸਰਕਾਰ ਤੁਹਾਡੀ ਹੈਲਪ ਕਰੂਗੀ ਕਿ ਸਰਕਾਰ ਤੁਹਾਡੀ ਹੈ ਆਓ ਆਪਾਂ ਬਿਉਤਵੰਦੀ ਕਰੀਏ ਆਪਾਂ ਹਾਈ ਪ੍ਰੋਫਾਈਲ ਜੌਬਾਂ ਵਾਸਤੇ ਆਪਾਂ ਟਰਾਈ ਕਰੀਏ ਪਤਾ ਨਹੀਂ ਕਿਉਂ ਅਸੀਂ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਪੀਟੀਯੂ ਸਿਰਫ 34 ਤੋਂ 35% ਦਾਖਲੇ ਰਹਿ ਗਏ ਉੱਥੇ ਜ਼ਮਾਨਾ ਟੈਕਨੀਕਲ ਐਜੂਕੇਸ਼ਨ ਦਾ ਹੈ ਤੇ ਅਸੀਂ ਯੂਨੀਵਰਸਿਟੀਆਂ 'ਚ ਐਡਮਿਸ਼ਨ ਲੈਣੋਂ ਹਟ ਗਏ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਹੋਣ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਿਲ ਕੇ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਵੀ ਸੀਐਮ ਦੀ ਯੋਗਸ਼ਾਲਾ ਖੋਲ੍ਹ ਦਿੱਤੀ ਹੈ ਪੰਜਾਬੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਣ ਦੇ ਲਈ ਸੀਐਮ ਦੀ ਯੋਗਸ਼ਾਲਾ ਮੁਹਿੰਮ ਦੀ ਸ਼ੁਰੂਆਤ ਪਟਿਆਲਾ ਜ਼ਿਲ੍ਹੇ ਤੋਂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਪੰਜਾਬ ਦੇ ਚਾਰ ਵੱਡੇ ਸ਼ਹਿਰ ਪਟਿਆਲਾ ਅਮਰitsar ਫਗਵਾੜਾ ਅਤੇ ਲੁਧਿਆਣਾ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਸਥਾਪਿਤ ਕੀਤੀ ਜਾਏਗੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਹ ਯੋਗਸ਼ਾਲਾ ਪ੍ਰੋਜੈਕਟ ਲਿਆਂਦਾ ਜਾਵੇਗਾ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦੀ ਮੰਗ ਤੇ ਸਾ ਕਰਨੇ ਦਿੱਲੀ ਵਾਲੀ ਸਕੀਮ ਇੱਥੇ ਵੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਦਿੱਲੀ ਦੇ ਵਿੱਚ ਉੱਤੋਂ ਰੁਕਵਾ ਦਿੱਤੀ ਗਈ ਸੀ ਮੁਫਤ ਦੇ ਵਿੱਚ ਕਹਿੰਦੇ ਇੱਥੇ ਯੋਗਾ ਦੀ ਟ੍ਰੇਨਿੰਗ ਮਿਲੇਗੀ ਉਹਨਾਂ ਐਲਾਨ ਕੀਤਾ ਕਿ ਪੰਜਾਬ ਭਰ ਦੇ ਵਿੱਚ ਯੂਪੀਐਸਸੀ ਦੇ ਟੈਸਟਾਂ ਦੀ ਤਿਆਰੀ ਕਰਵਾਉਣ ਦੇ ਲਈ 10 ਸੈਂਟਰ ਪੰਜਾਬ ਸਰਕਾਰ ਵੱਲੋਂ ਖੋਲੇ ਜਾਣਗੇ ਜਿੱਥੇ ਯੋਗ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਵੇਗੀ ਮੁੱਖ ਮੰਤਰੀ ਮਾਨ ਨੇ ਪਿੰਡਾਂ ਤੇ ਕਸਬਿਆਂ ਦੇ ਵਿੱਚ ਨੌਜਵਾਨ ਵਰਗ ਨੂੰ ਖੇਡਾਂ ਵਾਲੇ ਪਾਸੇ ਲਾਉਣ ਦੇ ਲਈ 14000 ਖੇਡ کلبਾਂ ਨੂੰ ਸਰਜੀਤ ਕੀਤੇ ਜਾਣ ਦਾ ਵੀ ਐਲਾਨ ਕੀਤਾ ਹੈ ਸਪੋਰਟਸ ਦੀ ਗੱਲ ਕਰਾਂ ਤਾਂ ਸਿ ਲਗਭਗ 14000 ਯੂਥ ਕਲੱਬ ਜਿਹੜੇ ਸਪੋਰਟਸ ਦੇ ਪਿੰਡਾਂ ਚ ਕਸਬਿਆਂ ਚ ਉਹਨਾਂ ਨੂੰ ਰਿਵਾਈਵ ਕਰਾਂਗੇ ਉਹਨਾਂ ਕਲੱਬਾਂ ਨੂੰ ਰਿਵਾਈਵ ਕਰਾਂਗੇ ਕਿ ਖੇਡਾਂ ਵਾਲੇ ਪਾਸੇ ਯੂਥ ਜਾਵੇ ਅਸੀਂ ਖੇਡਾਂ ਬਤਨ ਪੰਜਾਬ ਦੀਆਂ ਕਰਾਈਆਂ 7 ਕਰੋੜ ਦੇ ਨਾਮ ਦਿੱਤੇ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਉਹ ਚ ਔਰ ਉਹ ਸ਼ਾਮ ਨੂੰ ਸਾਰਾ ਸਟੇਡੀਅਮ ਭਰਿਆ ਹੁੰਦਾ ਸੀ ਇਹ ਸਪੋਰਟਸ ਵਾਸਤੇ ਅਸੀਂ ਕੀਤਾ ਤਾਂ ਕਿ ਬੱਚੇ ਸਪੋਰਟਸ ਵੱਲ ਜਾਣ ਸਾਡੇ ਬੱਚਿਆਂ ਦੇ ਹੱਥ 'ਚ ਸੋਨੇ ਦੇ ਮੈਡਲ ਹੋਣ ਚਾਂਦੀ ਦੇ ਮੈਡਲ ਹੋਣ ਸਾਨੂੰ ਟ੍ਰੇਨਿੰਗ ਪ੍ਰੋਪਰ ਮਿਲੇ ਔਰ ਉਸ ਏਜ ਤੋਂ ਮਿਲੇ ਜਦੋਂ ਅਸੀਂ ਕੁਝ ਕਰਨਾ ਚਾਹੁੰਦੇ ਆ ਇਸ ਮੌਕੇ ਪਹੁੰਚੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਵਿੱਚ ਕੀਤੇ ਜਾ ਰਹੇ ਕਾਮਯਾਬ ਤਜਰਬਿਆਂ ਨੂੰ ਹੁਣ ਪੂਰਾ ਮੁਲਕ ਅਪਣਾ ਰਿਹਾ ਹੈ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਜਿੱਥੇ ਵੀ 25 ਲੋਕ ਮਿਲ ਕੇ ਯੋਗ ਸ਼ੁਰੂ ਕਰਨਾ ਚਾਹੁੰਦੇ ਨੇ ਤਾਂ ਉਹ 76694005000500 ਦੁਬਾਰਾ ਫੇਰ ਨੰਬਰ ਨੋਟ ਕਰ ਲਓ 7669400500 ਇਸ ਨੰਬਰ ਦੇ ਉੱਤੇ ਮਿਸ ਕਾਲ ਕਰਕੇ ਕਹਿੰਦੇ ਆਪਣਾ ਪਤਾ ਲਿਖਵਾਉਣ ਤੇ ਉਹਨਾਂ ਨੂੰ ਮੁਫਤ ਯੋਗ ਯੋਗਾ ਟੀਚਰ ਹੈ ਜਿਹੜਾ ਉਹ ਮੁਹੱਈਆ ਕਰਵਾਇਆ ਜਾਵੇਗਾ ਕੇਜੀਵਾਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ ਵੀ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਸੀ ਪਰ ਦਿੱਲੀ ਦੇ ਵਿੱਚ ਐਲਜੀ ਸਾਹਿਬ ਨੇ ਰੋਕ ਦਿੱਤਾ ਤੇ ਹੁਣ ਅਸੀਂ ਮੁੜ ਤੋਂ ਦਿੱਲੀ ਦੇ ਵਿੱਚ ਇਸ ਨੂੰ ਸ਼ੁਰੂ ਕਰਾਂਗੇ ਤੋ ਧੀਰੇ ਧੀਰੇ ਦਿੱਲੀ ਕੇ ਅੰਦਰ ਵੀ ਫੈਲ ਰਹਾ ਥਾ ਔਰ ਜੈਸਾ ਵੀ ਮਾਨ ਸਾਹਿਬ ਨੇ ਬਤਾਇਆ ਇੱਕ ਦਿਨ ਐਲਜੀ ਸਾਹਿਬ ਨੇ ਦਿੱਲੀ ਕੇ ਅੰਦਰ ਯੋਗਾ ਰੋਕ ਦਿਆ ਕੋਈ ਬਾਤ ਨਹੀਂ ਰੋਕ ਦਿਆ ਰੋਕ ਦਿਆ ਜ਼ਰੂਰ ਦੁਬਾਰਾ ਜ਼ਰੂਰ ਚਾਲੂ ਹੋਗਾ ਯੋਗਾ ਅੱਛੀ ਚੀਜ਼ਾਂ ਕੋ ਕੋਈ ਰੋਕ ਨਹੀਂ ਸਕਤਾ ਹੈ ਕਿ ਨਹੀਂ ਹੈ अच्छी चीजों को कोई रोक नहीं सकता एलजी साहब ने रोक दिया लेकिन मुझे पूरा विश्वास है दिल्ली में दोबारा चालू करेंगे कभी ना कभी जरूर चालू करेंगे लेकिन तब तक ऊपर वाले ने जब तक उन्होंने दिल्ली में योगा रोका तब तक ऊपर वाले ने हमारी पंजाब में सरकार बना दी तो हमने पंजाब में योगा शुरू कर दिया ਕਹਾਂ ਕਹਾਂ ਰੋਕੋਗੇ ਅੱਛਾ ਕੰਮ ਤਾਂ ਕੋਈ ਰੋਕ ਨਹੀਂ ਸਕਦਾ ਆਪ ਸੁਪਰੀਮੋ ਅਰਵਿੰਦ ਕੇਜੀ ਵਾਲ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਾਂਭਣ ਦੇ ਲਈ ਮਾਨ ਸਰਕਾਰ ਦੀ ਜਮ ਕੇ ਤਾਰੀਫ ਕੀਤੀ ਤੇ ਕਿਹਾ ਕਿ ਸਰਕਾਰ ਨੇ ਗੈਂਗਸਟਰਾਂ ਤੇ ਨਕੇਲ ਕਸੀ ਹੈ ਕਹਿੰਦੇ ਸੰਜੀਦਗੀ ਦੇ ਨਾਲ ਪੰਜਾਬ ਨੂੰ ਭਗਵੰਤ ਮਾਨ ਨੇ ਸਾਂਭਿਆ ਹੈ ਬੇਅਦਬੀ ਤੇ ਗੋਲੀਕਾਂਡ ਵਿੱਚ ਚਾਰਜਸ਼ੀਰ ਦਾਇਰ ਕੀਤੀ ਗਈ ਹੈ ਡਰੱਗ ਰਿਪੋਰਟਾਂ ਵੀ ਖੋਲੀਆਂ ਨੇ ਤੇ ਗੈਂਗਸਟਰਾਂ ਤੇ ਵੀ ਨਕੇਲ ਕੱਸ ਦਿੱਤੀ ਹੈ ਆਮ ਆਦਮੀ ਪਾਰਟੀ ਤੇ ਲੱਗਦੇ ਇਲਜ਼ਾਮਾਂ ਦੇ ਬਾਰੇ ਬੋਲਦੇ ਹੋਏ ਨੇ ਕਿਹਾ ਕਿ ਗੈਂਗਸਟਰਾਂ ਨੂੰ ਹੁਣ ਫੜ ਕੇ ਅੰਦਰ ਕੀਤਾ ਗਿਆ ਪਹਿਲੀਆਂ ਸਰਕਾਰਾਂ ਦਾ ਉਹਨਾਂ ਦੇ ਸਿਰ ਤੇ ਹੱਥ ਹੁੰਦਾ ਸੀ ਪਰ ਸਾਡੀ ਸਰਕਾਰ ਦਾ ਕਿਸੇ ਵੀ ਗੈਂਗਸਟਰ ਦੇ ਸਿਰ ਤੇ ਹੱਥ ਨਹੀਂ ਹੈ ਪਤਾ ਚੱਲਿਆ ਇਤਨੇ ਗੈਂਗਸਟਰਸ ਚਾਰੋਂ ਤਰਫ ਇਤਨੇ ਅਪਰਾਧੀ ਥੇ ਚਾਰੋਂ ਤਰਫ ਪਤਾ ਚਲਦਾ ਥਾ ਇਹ ਵਾਲਾ ਗੈਂਗਸਟਰ उस नेता का उस पे हाथ है इस वाले गैंगस्टर का उस पार्टी का हाथ है इसको नहीं पकड़ सकते उसको नहीं पकड़ सकते हमारा किसी के ऊपर हाथ नहीं था एक एक करके एक एक करके सभी गैंगस्टर्स को एक एक करके एक एक करके सबको पकड़ पकड़ के जेल में डाला गया ਬੇਅਦਬੀ ਦੇ ਕੇਸਾਂ ਨੂੰ ਲੈ ਕੇ ਲੱਗਦੇ ਇਲਜ਼ਾਮਾਂ ਦਰਮਿਆਨ ਕੇਜਰੀ ਵਾਲੇ ਫਿਰ ਦਾਵਾ ਕੀਤਾ ਕਿ ਵੱਡੇ ਚਿਹਰਿਆਂ ਖਿਲਾਫ ਹੁਣ ਕਾਰਵਾਈ ਹੋਈ ਹੈ ਤੇ ਨਸ਼ਿਆਂ ਵਾਲੀਆਂ ਬੰਦ ਰਿਪੋਰਟਾਂ ਵੀ ਹੁਣ ਖੋਲੀਆਂ ਗਈਆਂ ਨੇ ਇਹਦੇ ਪਿੱਛੇ ਜੋ ਵੀ ਮਾਸਟਰਮਾਈਂਡ ਹੈ ਉਹਨਾਂ ਤੇ ਕਾਰਵਾਈ ਹੋਵੇਗੀ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅੰਮ੍ਰਿਤ ਸੁਣਤੇ تھے ਕਿਤਨੇ ਸਾਲੋਂ ਸੇ ਬੇਅਦਬੀ ਦਾ ਇਨਸਾਫ ਨਹੀਂ ਮਿਲ ਰਹਾ ਥਾ ਸੁਣਤੇ ਸੇ ਕਿ ਬਹੁਤ بڑے بڑے ਲੋਕ ਉਸਮੇ ਸ਼ਾਮਿਲ ਹੈ चलान पेश नहीं किए जा रहे थे हमारा किसी से कोई संबंध नहीं था सरकार आने के बाद जो एस बनी थी उसकी उस एस को पूरा खुली छूट दी गई और मुझे बेहद खुशी है कि उन्होंने जितने बड़े नाम थे उन सारे नामों को डाल के और कोर्ट के अंदर चलान पेश कर दिया है अब आगे की कार्रवाई चल रही है बिना किसी भय के बिना किसी इंटरफेरेंस के ਪਟਿਆਲੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦੋ ਮੁੱਖ ਮੰਤਰੀਆਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਪਰ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਦਿਨੇ ਹੀ ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਇਥੋਂ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਤੇ ਕਾਂਗਰਸ ਵਿੱਚੋਂ ਕੱਢੇ ਜਾਣ ਤੋਂ ਬਾਅਦ ਰਿੰਕੂ ਨੇ ਭਗਵੰਤ ਮਾਨ ਤੇ ਕੇਜਰੀਵਾਲ ਰਿੰਕੂ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਤੇ ਪਾਰਟੀ ਦੇ ਵਿੱਚ ਨਿੱਘਾ ਸਵਾਗਤ ਕੀਤਾ ਹਾਲਾਂਕਿ ਚਰਚਾ ਸੀ ਕਿ ਆਪ ਲੀਡਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਦੇ ਲਈ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣਾਇਆ ਜਾਊਗਾ ਪਰ ਮੁੱਖ ਮੰਤਰੀ ਮਾਨ ਦਾ ਖੇਡਦਿਆਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦੇ ਵਾਂਗੂ ਉਮੀਦਵਾਰ ਦੀ ਚੋਣ ਲਈ ਸਰਵੇ ਕਰਵਾ ਕੇ ਕੈਂਡੀਡੇਟ ਦੇ ਐਲਾਨ ਕਰਨ ਦਾ ਦਾਵਾ ਕੀਤਾ ਤੇ ਗੂੰਜ ਜਿਹੜੀ ਸਾਰੇ ਪੰਜਾਬ 'ਚ ਤੇ ਸਾਰੇ ਦੇਸ਼ 'ਚ ਪੈਂਦੀ ਸੀ ਤੇ ਹੁਣ ਇਹ ਵਾਰੀ ਜਿਹੜੀ ਹੈ ਉਹ ਦੁਆਬੇ ਨੂੰ ਮਿਲਣ ਲੱਗੀ ਹੈ ਜਲੰਧਰ ਤੋਂ ਜਿਹੜੇ ਨੇ ਸਾਡੀ ਬਾਈ ਇਲੈਕਸ਼ਨ ਦੇ ਵਿੱਚ ਕੋਈ ਜਿਹੜੀ ਜਿੱਤ ਹੋਊਗੀ ਤਾਂ ਸਾਡਾ ਕੋਈ ਵੀ ਜਿਹੜਾ ਐਮਪੀ ਬਣੂਗਾ ਉਹ ਇੱਕੋ ਹੀ ਹੋਊਗਾ ਬਰ ਇਹਨਾ ਮੈਂ ਕਹਿਣਾ ਚਾਹਣਾ ਜਿਹੜਾ ਵੀ ਹੋਊਗਾ ਉਹਦੀ ਗੂੰਜ ਜਿਹੜੀ ਆ ਉਹ ਸਾਰੇ ਪੰਜਾਬ ਚ ਤੇ ਸਾਰੇ ਦੇਸ਼ ਚ ਗੂੰਜੂਗੀ ਸੋ ਇਸ ਵਾਰ ਦੁਆਬੇ ਦੀ ਵਾਰੀ ਹੈ ਮਾਲਵੇ ਵਾਲਿਆਂ ਨੇ ਆਪਣਾ ਫਰਜ਼ ਨਿਭਾਤਾ ਹੁਣ ਦੁਆਬੇ ਵਾਲਿਆਂ ਦੀ ਵਾਰੀ ਹੈ ਸਾਡੇ 4 ਐਮਐਲਏ ਨੇ ਕੁਝ ਐਮਐਲਏ ਸਾਡੇ ਬਹੁਤ ਛੋਟੇ ਛੋਟੇ ਮਾਰਜਨ ਤੇ ਹਾਰੇ ਨੇ ਸੋ ਜਲੰਧਰ ਦੀ ਜਿਹੜੀ ਜਨਤਾ ਹੈ ਉਹ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਨੂੰ ਪਸੰਦ ਕਰਦੀ ਹੈ ਬਹੁਤ ਸਾਰੇ ਵਿਦੇਸ਼ਾਂ ਚ ਵੀ ਰਹਿੰਦੇ ਨੇ ਇਥੋਂ ਜਾ ਕੇ ਲੋਕ ਉਹ ਕੰਪੇਅਰ ਵੀ ਕਰਦੇ ਹੋਣਗੇ ਸਾਡੇ 1 ਸਾਲ ਦੇ ਕੰਮ ਨੂੰ ਵੀ ਕੰਪੇਅਰ ਕਰ ਸਕਦੇ ਹੋ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦਾਵਾ ਕੀਤਾ ਕਿ ਉਹ ਪੰਜਾਬੀਆਂ ਦੀ ਸੇਵਾ ਲਈ ਆਪ ਦੇ ਵਿੱਚ ਸ਼ਾਮਿਲ ਹੋਏ ਨੇ ਘਰ ਘਰ ਦੇ ਵਿੱਚ ਆਪ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਸਾਬਕਾ ਵਿਧਾਇਕ ਨੇ ਸਾਰੀ ਆਪ ਲੀਡਰਸ਼ਿਪ ਦਾ ਧੰਨਵਾਦ ਕੀਤਾ ਇਹਨਾਂ ਸਾਰਿਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਆ ਔਰ ਮੇਰਾ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿਉਂਕਿ ਮੈਨੂੰ ਜਿਹੜੀ ਸੇਵਾ ਪੰਜਾਬ ਦੀ ਜਿਹ ਬਰਸਤ ਦੇ ਵਿੱਚ ਮਿਲੀ ਹੈ ਔਰ ਮੇਰਾ ਹਰ ਸੰਭਵ ਪ੍ਰਯਾਸ ਹੋਏਗਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਜਲੰਧਰ ਦੇ ਲੋਕਾਂ ਦੀ ਸੇਵਾ ਕਰਾਂ ਔਰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਤੁਹਾਡੇ ਪੰਜਾਬ ਦੇ ਲੋਕਾਂ ਦੀ ਰਹਿਨੁਮਾਈ ਜਿਹੜੀ ਕਰ ਰਹੀ ਹੈ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਚੱਲਦੀ ਹੈ ਉਹਦਾ ਫਾਇਦਾ ਜਿਹੜਾ ਜਲੰਧਰ ਦੇ ਲੋਕਾਂ ਨੂੰ ਵੀ ਮਿਲੇ ਔਰ ਜਿਹੜੀ ਪਾਵਰ ਹੈ ਉਹਦਾ ਫਾਇਦਾ ਹਰ ਇੱਕ ਜੰਜਨ ਤੱਕ ਪਹੁੰਚੇ ਘਰ-ਘਰ ਦਾ ਕਾਮ ਆਦੀ ਪਾਰਟੀ ਦੀਆਂ ਜਿਹੜੀਆਂ ਪਾਲਸੀਆਂ ਪਹੁੰਚਣ ਉਸ ਵਿਚਾਰ ਦੇ ਵਿੱਚ ਪੂਰੇ ਜੋਰ ਦੇ ਨਾਲ ਤੰਮ ਕਰਾਂਗੇ ਉਹ ਆਮ ਆਦਮੀ ਪਾਰਟੀ ਦਾ ਝੰਡਾ ਕਾਣ ਵਾਲੇ ਸਮੇਂ ਦੇ ਵਿੱਚ ਬਹੁਤ ਉੱਚਾ ਕਰਾ ਤੇ ਇਸ ਮੇਲ ਮਿਲਬ ਤੋਂ ਬਾਅਦ ਜਲੰਧਰ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਨਾਲ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਜ ਕੇ ਤਾਰੀਫ ਕੀਤੀ ਤੇ ਕਿਹਾ ਕਿ ਕੇਜਰੀਵਾਲ ਨੇ ਚਾਨਣ ਮੋਨਾਰੇ ਵਾਂਗ ਦੇਸ਼ ਨੂੰ ਰੌਸ਼ਨ ਕੀਤਾ ਤੇ ਕੇਜਰੀਵਾਲ ਨੇ ਹਮੇਸ਼ਾ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟਾਂ ਮੰਗੀਆਂ ਨੇ ਇਸ ਮੌਕੇ ਜਲੰਧਰ ਦੇ ਮਰਹੂਮ ਸਾਬਕਾ ਐਮਪੀ ਸੰਤੋਖ ਸਿੰਘ ਚੌਧਰੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਦਾ ਪਹਿਲਾ ਮਾਲਵੇ ਤੋਂ ਇੱਕ ਹੀ ਐਮਪੀ ਸੀ ਤੇ ਹੁਣ ਆਮ ਆਦਮੀ ਪਾਰਟੀ ਨੂੰ ਐਮਪੀ ਚੁਣ ਕੇ ਅੱਗੇ ਭੇਜਣ ਦਾ ਦੁਆਬੇ ਨੂੰ ਮੌਕਾ ਮਿਲਿਆ ਹੈ ਇਹ ਕਹਿੰਦੇ ਹੋਏ ਮਾਨ ਨੇ ਆਪਣੀ ਸਰਕਾਰ ਦੇ ਕੰਮਾਂ ਦੀ ਤਾਰੀਫ਼ ਕੀਤੀ ਤੇ ਦਾਵਾ ਕੀਤਾ ਕਿ ਆਪ ਸਰਕਾਰ ਬਦਲੇ ਦੀ ਭਾਵਨਾ ਜਾਂ ਹੈਰਾਫੇਰੀ ਵਾਲੀ ਰਾਜਨੀਤੀ ਨਹੀਂ ਕਰਦੀ ਉਹਨਾਂ ਦਾਵਾ ਇਹ ਵੀ ਕੀਤਾ ਕਿ ਅਸੀਂ ਵੀ ਕੇਜਰੀਵਾਲ ਵਾਂਗੂ ਵਿਕਾਸ ਦੇ ਨਾਂ ਤੇ ਵੋਟਾਂ ਮੰਗਾਂਗੇ ਧਰਮ ਤੇ ਨਾਂ ਤੇ ਵੋਟਾਂ ਦੀ ਰਾਜਨੀਤੀ ਅਸੀਂ ਨਹੀਂ ਕਰਾਂਗੇ ਮਾਨ ਨੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ 20 ਪਾਰਟੀ ਦੇ ਲੱਗਦੇ ਇਲਜ਼ਾਮਾਂ ਨੂੰ ਵੀ ਨਕਾਰ ਦਿੱਤਾ ਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਦਾ ਐਲਾਨ ਇੱਕ ਵਾਰੀ ਫਿਰ ਤੋਂ ਦੁਹਰਾਇਆ ਅਸੀਂ ਵਿਕਾਸ ਦੀ ਸਕੂਲਾਂ ਦੀ ਹਸਪਤਾਲਾਂ ਦੀ ਬਿਜਲੀ ਦੀ 인ਫਰਾਸਟ੍ਰਕਚਰ ਦੀ ਤੇ ਸ਼ਹਿਰਾਂ ਨੂੰ ਚਮਕਾਉਣ ਦੀ ਰਾਜਨੀਤੀ ਕਰਾਂਗੇ ਅਸੀਂ ਕਿਸੇ ਬਦਲੇ ਦੀ ਭਾਵਨਾ ਦੀ ਅਸੀਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ ਪੀਸੀ ਦੇ ਵਿੱਚ ਬੈਠੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਲੋਕ ਜਿਹਨੂੰ ਚਾਣਗੇ ਉਸੇ ਦੀ ਹੀ ਜਿੱਤ ਹੋਏਗੀ ਜਲੰਧਰ ਜ਼ਿਲ੍ਹੇ ਨੂੰ ਚੋਣ ਦੇ ਵਿੱਚ ਤੇ ਮੋੜ ਭਗਵੰਤ ਮਾਨ ਸਰਕਾਰ ਦੀ ਜਮ ਕੇ ਤਾਰੀਫ਼ ਕਰਦੇ ਹੋਏ ਕੇਜਰੀਵਾਲ ਨੇ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਹਰ ਖੇਤਰ ਦੇ ਵਿੱਚ ਤਰੱਕੀ ਹੋ ਰਹੀ ਹੈ ਤੇ ਉਹਨਾਂ ਨੇ ਜਲੰਧਰ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ जनतंत्र में जनता मालिक होती है ये कई बार विपक्षी एकता विपक्षी एकता की बातें होती हैं। जनता जिस दिन एक हो गई उस दिन जनता तय करेगी कि क्या करना है विपक्षी एकता इंपॉर्टेंट नहीं है जनता की एकता इंपॉर्टेंट है आप जितनी मर्जी विपक्षी एकता कर लीजिए अगर जनता ने किसी इसको जिताना है तो उसको जिताएगी और उसको जिताना है तो उसको जिताएगी ਤੋ ਜਨਤਾ ਦਾ ਕੀ ਮੂਡ ਹੈ ਜਨਤੰਤਰ ਕੇ ਅੰਦਰ ਜਨਤਾ ਤੈ ਕਰੇਗੀ ਤੋ ਜਲੰਧਰ ਜ਼ਿਮਨੀ ਚੌਂ ਦੇ ਦਰਮਿਆਨ ਕਾਂਗਰਸ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਜਿਹੜਾ ਹੈਗਾ ਲੋਕਾਂ ਦੀ ਰਾਏ ਦੇ ਨਾਲ ਉਮੀਦਵਾਰ ਦਾ ਐਲਾਨ ਕਰੇਗੀ ਅਕਾਲੀ ਦਲ ਕਦੋਂ ਕਰੇਗਾ ਇਸ ਦੀ ਵੀ ਉਡੀਕ ਕੀਤੀ ਜਾ ਰਹੀ ਹੈ ਤੇਸ درمیان ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਰਿੰਕੂ ਨੇ ਉਹਨਾਂ ਬਾਰੇ ਥੋੜਾ ਦੱਸ ਦਿੰਨੇ ਆ ਕਿ 2017 ਦੇ ਵਿੱਚ ਜਲੰਧਰ ਪੱਛਮੀ ਤੋਂ ਕਾਂਗਰਸ ਦੀ ਟਿਕਟ ਤੇ ਜਿੱਤੇ ਸੁਸ਼ੀਲ ਕੁਮਾਰ ਰਿੰਕੂ ਤੇਸਤਰਾਰ ਲੀਡਰ ਮੰਨੇ ਜਾਂਦੇ ਨੇ ਜਲੰਧਰ ਦੇ ਵਿੱਚ ਉਹਨਾਂ ਨੂੰ ਕਾਂਗਰਸ ਦਾ ਵੱਡਾ ਦਲਿਤ ਚਿਹਰਾ ਮੰਨਿਆ ਜਾਂਦਾ ਸੀ ਕੈਪਟਨ ਸਰਕਾਰ ਵੇਲੇ ਵੀ ਉਹਨਾਂ ਨੇ ਕਈ ਵਾਰੀ ਆਪਣੀ ਹੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਸੰਗਰੂਰ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਜਲੰਧਰ ਦੀ ਚੋਣ ਪਾਰਟੀ ਦੇ ਲਈ ਹੁਣ ਵੱਡੀ ਚੁਣੌਤੀ ਹੈ ਇਹ ਚੋਣ ਨਾ ਸਿਰਫ ਮਾਨ ਸਰਕਾਰ ਦੇ 1 ਸਾਲ ਦੇ ਕੰਮ ਤੇ ਮੋਹਰ ਲਾਏਗੀ ਬਲਕਿ ਅਗਲੇ ਸਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਹਵਾ ਦਾ ਰੁਖ ਵੀ ਤੈਅ ਕਰੇਗੀ ਤੇ ਜਿਹੜੀ ਜਲੰਧਰ ਲੋਕ ਸਭਾ ਸੀਟ ਹੈ ਇਸ ਤੇ ਡੇਰਿਆਂ ਦਾ ਕਾਫੀ ਵੱਡਾ ਅਸਰ ਮੰਨਿਆ ਜਾਂਦਾ ਹੈ ਡੇਰਾ ਸਤਖੰਡ ਬੱਲਾ ਸਭ ਤੋਂ ਵੱਡਾ ਡੇਰਾ ਹੈ ਜਿਹੜਾ ਜਲੰਧਰ ਦੀ ਸਿਆਸਤ ਦੀ ਹਵਾ ਤੈਅ ਕਰਦਾ ਹੈ ਇਸ ਲਈ ਚੋਣਾਂ ਦੇ ਨੇੜੇ ਆਉਂਦਿਆਂ ਹੀ ਸਿਆਸੀ ਲੀਡਰਾਂ ਦੇ ਡੇਰਿਆਂ ਦੇ ਗੇੜੇ ਵੱਧ ਜਾਂਦੇ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੁਪ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਟੇਜ ਦੇ ਵਿੱਚ ਪਹੁੰਚੇ ਸਨ ਅਤੇ ਕਈ ਕਰੋੜ 25 ਕਰੋੜ ਦਾ ਇੱਥੇ ਐਲਾਨ ਵੀ ਕੀਤਾ ਸੀ ਇਸ ਤੋਂ ਇਲਾਵਾ ਈਸਾਈ ਭਾਈ ਚਾਰਾ ਵੀ ਈਸਵਰੀ ਆਪਣੀ ਸਿਆਸੀ ਪਾਰਟੀ ਦੇ ਰੂਪ ਚ ਮੈਦਾਨ ਦੇ ਵਿੱਚ ਉਤਰਨ ਦਾ ਐਲਾਨ ਕਰ ਚੁੱਕਿਆ ਹੈ ਤੇ ਜਲੰਧਰ ਦੇ ਵਿੱਚ ਈਸਾਈ ਭਾਈ ਚਾਰੇ ਦਾ ਵੋਟ ਬੈਂਕ ਵੀ ਜਲੰਧਰ ਦੀ ਜਿੱਤ ਹਾਰ ਤੈ ਕਰਨ ਦੇ ਵਿੱਚ ਕਾਮਯਾਬ ਹੋ ਸਕਦਾ ਹੈ ਸੋ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣ ਆਉਂਦੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਡੇਰੇ ਡੇਰੇ ਲਾ ਕੇ ਰੱਖਣੇ ਨੇ ਦੇਖਣਾ ਹੋਵੇਗਾ ਕਿ ਕਿੱਥੇ ਕਿਹਦਾ ਅਸਰ ਜ਼ਿਆਦਾ ਹੋਊਗਾ ਇਸ ਦਰਮਿਆਨੇ ਵੀ ਦੱਸ ਦਿੰਨੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਇਨਸਾਫ ਨਾ ਮਿਲਣ ਤੋਂ ਨਿਰਾਸ਼ ਹੋ ਕੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰਚਾਰ ਕਰਨਗੇ ਸੁਪਰੀਮ ਕੋਰਟ ਨੇ ਭਾਰਤ ਦੀਆਂ ਵੱਡੀਆਂ ਜਾਂਚ ਏਜੰਸੀਆਂ ਈਡੀ ਸੀਬੀਆਈ ਸਣੇ ਹੋਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਉਣ ਵਾਲੀਆਂ 14 ਵਿਰੋਧੀ ਪਾਰਟੀਆਂ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵਿਸ਼ੇਸ਼ ਕੇਸ ਦੇ ਤੱਥਾਂ ਨੂੰ ਜਾਣੇ ਬਿਨਾ ਆਮ ਦਿਸ਼ਾ ਨਿਰਦੇਸ਼ ਤੈਅ ਕਰਨਾ ਸੰਭਵ ਨਹੀਂ ਹੈ ਇਸ ਕਰਕੇ ਜਦੋਂ ਤੁਹਾਡੇ ਕੋਲ ਨਿੱਜੀ ਅਪਰਾਧਿਕ ਕੇਸ ਜਾਂ ਕਈ ਕੇਸ ਹੋਣ ਤਾਂ ਹੀ ਸਾਡੇ ਕੋਲ ਵਾਪਸ ਆਇਆ ਅੰਮ੍ਰਿਤਸਰ ਦੇ ਵਿੱਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ ਥਾਣਾ ਇਸਲਾਮਾਬਾਦ ਅਧੀਨ ਰੋਜ਼ ਐਵੇਨਿਊ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਸਵੇਰੇ ਕਰੀਬ 5 ਵਜੇ ਘਰ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਪਤੀ ਪੁੱਤ ਪਤੀ ਪਤਨੀ ਤੇ ਪੁੱਤਰ ਦੀ ਮੌਤ ਹੋ ਗਈ ਪਰਿਵਾਰ ਦੇ ਚਾਰ ਹੋਰ ਮੈਂਬਰ ਗੰਭੀਰ ਜ਼ਖਮੀ ਹੋ ਗਏ ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ ਪਤਨੀ ਨਰਿੰਦਰ ਕੌਰ ਤੇ ਪੁੱਤਰ ਦਿਲਵੰਸ਼ ਵਜੋਂ ਹੋਈ ਹੈ ਪਤਾ ਲੱਗਿਆ ਕਿ ਰਾਤ ਨੂੰ ਸੁੱਤੇ ਪਏ ਸਨ ਤੇ ਇੱਕ ਕਮਰੇ ਦੇ ਵਿੱਚ ਜਿਹੜਾ ਹੈਗਾ ਉਹ ਅੱਗ ਲੱਗਣ ਦੀ ਘਟਨਾ ਵਾਪਰੀ ਜਦੋਂ ਅੱਗ ਲੱਗੀ ਤਾਂ ਸਾਹ ਘੁੱਟ ਕੇ ਇਹਨਾਂ ਦੀ ਮੌਤ ਹੋ ਗਈ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਤੂੰ ਆ ਤੂੰ ਆ ਰੂਮ ਦੇ ਵਿੱਚ ਭਰ ਗਿਆ ਪਤਾ ਨਹੀਂ ਲੱਗਿਆ ਤੇ ਮੁੜ ਕੇ ਸੁੱਤੇ ਉੱਠ ਹੀ ਨਹੀਂ पाए ਡੇਰਾਬਸੀ ਦੇ ਹਸਪਤਾਲ ਦੇ ਵਿੱਚ ਕਿਡਨੀ ਕਾੜਨ ਮਾਮਲੇ ਦੀ ਜਾਂਚ ਦੌਰਾਨ ਹੋਰ ਵੱਡੇ ਖੁਲਾਸੇ ਹੋਏ ਨੇ ਪੁਲਿਸ ਮੁਤਾਬਿਕ ਕਿਡਨੀ ਦੀ ਸੌਦੇਬਾਜ਼ੀ ਦੇ ਲਈ ਇੱਕ ਕੋਡਵਰਡ ਰੱਖਿਆ ਗਿਆ ਸੀ ਜਿਹੜੀ ਵੀ ਡੀਲ ਹੁੰਦੀ ਸੀ ਇਹਨਾਂ ਕੋਡਵਰਡਸ ਰਾਹੀਂ ਹੀ ਕੀਤੀ ਜਾਂਦੀ ਸੀ ਤਾਂ ਜੋ ਹੋਰ ਕਿਸੇ ਨੂੰ ਪਤਾ ਨਾ ਲੱਗ ਸਕੇ ਹਰਿਆਣਾ ਦੇ ਰਹਿਣ ਵਾਲੇ ਕਪਿਲ ਨੇ ਆਪਣੀ ਕਿਡਨੀ ਦਾ ਸੌਦਾ ਡੇਰਾਬਸੀ ਦੇ ਹੀ ਇੱਕ ਰੈਸਟੋਰੈਂਟ ਦੇ ਵਿੱਚ ਕੀਤਾ ਸੀ ਉਸ ਦੀ ਡੀਲ ਨੂੰ ਸਿਰੇ ਚਾੜਨ ਦੇ ਲਈ ਝੱਜਰ ਦਾ ਇੱਕ ਵਿਅਕਤੀ ਕਪਿਲ ਨੂੰ ਹਸਪਤਾਲ ਦੇ ਇੱਕ ਸਟਾਫ ਮੈਂਬਰ ਨੂੰ ਨਾਲ ਲੈ ਕੇ ਲੇਸੀ ਹੁਣ ਇਹ ਵੀ ਸਾਹਮਣੇ ਆਇਆ ਕਿ ਕਪਿਲ ਨੇ ਆਪਣੀ ਕਿਡਨੀ ਕਰਜ਼ਾ ਉਤਾਰਨ ਦੇ ਲਈ ਨਹੀਂ ਸਗੋ ਜੂਏ ਦੇ ਵਿੱਚ ਪੈਸੇ ਲਾਉਣ ਦੇ ਲਈ ਵੇਚੀ ਸੀ ਪੈਸੇ ਦੁੱਗਣੇ ਕਰਨ ਦੇ ਲਾਲਚ ਦੇ ਵਿੱਚ ਉਹਨੇ ਆਪਣੇ ਆਪ ਨੂੰ ਮਿਲੇ ਹੋਏ 3.4 ਲੱਖ ਦੇ ਵਿੱਚੋਂ 4 ਲੱਖ ਰੁਪਏ ਵੀ ਗਵਾ ਦਤੇ ਇੱਕ ਦੋਸਤ ਨੂੰ ਦੇ ਦਿੱਤੇ ਕਿ ਪੈਸੇ ਦੁੱਗਣੇ ਹੋ ਜਾਣਗੇ ਪਰ ਉਹ ਵੀ ਨਹੀਂ ਮਿਲੇ ਸੋ ਪੂਰੀ ਡੀਲ ਹੈ ਜਿਹੜੀ ਉਹ 10 ਲੱਖ ਰੁਪਏ ਦੇ ਵਿੱਚ ਹੋਈ ਸੀ ਕਪਲ ਨੂੰ ਪੂਰੇ ਪੈਸੇ ਨਹੀਂ ਦਿੱਤੇ ਤਾਂ ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹਦੀ ਕਿਡਨੀ ਵੀ ਚਲੀ ਗਈ ਗੁਰਦਾ ਵੀ ਚਲਾ ਗਿਆ ਪੈਸੇ ਵੀ ਚਲੇ ਗਏ ਤੇ ਪੁਲਿਸ ਨੇ ਵੀ ਫਿਰ ਉਹਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਆਪਣੀ ਮੁਢਲੀ ਜਾਂਚ ਦੇ ਵਿੱਚ ਇਹ ਪਾਇਆ ਕਿ ਹੁਣ ਤੱਕ ਡੇਰਾ ਬੱਸੀ ਦੇ ਇਸ ਪ੍ਰਾਈਵੇਟ ਹਸਪਤਾਲ ਨੇ 3 ਸਾਲਾਂ ਦੇ ਵਿੱਚ 33 ਕਿਡਨੀ ਟ੍ਰਾਂਸਪਲੈਂਟ ਕੀਤੇ ਨੇ 3 ਸਾਲ ਪਹਿਲਾਂ ਹੀ ਇਸ ਹਸਪਤਾਲ ਨੂੰ ਲਾਇਸੈਂਸ ਮਿਲਿਆ ਸੀ ਅੰਗ ਬਦਲੀ ਕਰਨ ਦਾ ਤੇ ਹੁਣ ਇਸ ਲਾਇਸੈਂਸ ਰਦ ਕਰ ਦਿੱਤਾ ਗਿਆ ਤੇ ਜਿੰਨੇ 33 ਗੁਰਦੇ ਜਿਹੜੇ ਬਦਲੇ ਗਏ ਨੇ ਉਹ ਸਾਰੇ ਕੇਸ ਹੁਣ ਜਾਂਚ ਦੇ ਘੇਰੇ ਦੇ ਵਿੱਚ ਸ਼ਾਮਲ ਕਰ ਲਏ ਗਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਮਾਲਵਾ ਇਲਾਕੇ ਦੇ ਵਿੱਚ ਭਾਰੀ ਮੀਂਹ ਤੇ ਗੜਿਆਂ ਦੇ ਕਾਰਨ ਫਸਲਾਂ ਸਬਜ਼ੀਆਂ ਬਾਗਾਂ ਘਰਾਂ ਤੇ ਹੋਰ ਨੁਕਸਾਨ ਦੇ ਮੁਆਵਜ਼ੇ ਦੇ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਦਿੱਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕੇਸ ਮੀ ਦੇ ਨੁਕਸਾਨ ਤੋਂ ਬਾਅਦ ਬੱਲੀਆਂ ਦੇ ਵਿੱਚ ਬਚੇ ਹੋਏ ਕਣਕ ਦੇ ਦਾਣੇ ਬਦਰੰਗ ਹੋ ਜਾਣਗੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਚੱਲਣਾ ਪਊਗਾ ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲਾਂ ਤੇ ਹੋਏ ਹੋਰ ਨੁਕਸਾਨ ਦੀ ਗਿਰਦੌਰੀ ਛੇਤੀ ਮੁਕੰਮਲ ਕੀਤੀ ਜਾਵੇ ਅਤੇ ਜਿਹੜਾ ਹੈਗਾ ਨੁਕਸਾਨ ਦੇ ਮੁਤਾਬਿਕ ਪੂਰੀ ਦੀ ਪੂਰੀ ਪਰਪਾਈ ਹੈ ਕਿਸਾਨਾਂ ਨੂੰ ਕੀਤੀ ਜਾਵੇ ਮਕਾਨਾਂ ਦਾ ਵੀ ਪੂਰਾ ਮੁਆਵਜ਼ਾ ਦਿੱਤਾ ਜਾਵੇ ਖੇਤ ਮਜ਼ਦੂਰਾਂ ਨੂੰ ਰੋਜ਼ਗਾਰ ਉਜਾੜੇ ਦਾ ਪ੍ਰਤੀ ਪਰਿਵਾਰ ਪੂਰਾ ਮੁਆਵਜ਼ਾ ਦੇਣ ਦੀ ਉਹਨਾਂ ਨੇ ਮੰਗ ਕੀਤੀ ਹੈ ਜਥੇਬੰਦੀ ਨੇ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਪੂਰੀ ਪਰਪਾਈ ਦੇ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਉਣ ਅਤੇ ਸਮੁੱਚੇ ਕਰਜ਼ੇ ਦੀਆਂ ਕਿਸ਼ਤਾਂ ਵਿਆਜ ਮਾਫ ਕਰਕੇ ਅੱਗੇ ਪਾਏ ਜਾਣ ਦੀ ਵੀ ਮੰਗ ਕੀਤੀ ਹੈ ਮਾਨਸਾ ਦੇ ਵਿੱਚ ਇਸ ਜਥੇਬੰਦੀ ਦੀ ਅਗਵਾਈ ਦੇ ਵਿੱਚ ਦਿੱਤੇ ਗਏ ਧਰਨੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਗਾ ਤੇ ਹੋਰ ਜਿਹੜੇ ਕਿਸਾਨ ਲੀਡਰ ਪਹੁੰਚੇ ਹੋਏ ਸਨ ਇਸ ਦਰਮਿਆਨ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ਦੀ ਮਾਰ ਹੇਠ ਆਈਆਂ ਫਸਲਾਂ ਦੇ ਲਈ ਸਮਾ ਬੱਧ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਸਰਕਾਰ ਦੇ ਵੱਲੋਂ ਐਲਾਨੇ 15000 ਰੁਪਏ ਦੇ ਮੁਆਵਜ਼ੇ ਨੂੰ ਬਹੁਤ ਘੱਟ ਦੱਸਦੇ ਹਾਂ ਘੱਟੋ ਘੱਟ 30000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਕੈਪਟਨ ਨੇ ਮੰਗ ਕੀਤੀ ਹੈ ਇਸੇ ਤਰ੍ਹਾਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ 50000 ਹਜ਼ਾਰ ਮੁਆਵਜ਼ੇ ਦੀ ਮੰਗ ਕੀਤੀ ਹੈ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਘੱਟੋ ਘੱਟ ਦਿੱਲੀ ਜਿੰਨਾ ਮੁਆਵਜ਼ਾ ਤਾਂ ਦੇ ਦਿਓ ਦਿੱਲੀ ਦੇ ਵਿੱਚ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਦਾ ਹੈ ਸੋ ਇਥੇ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬ ਦੇ ਮੁੱਖ ਮੰਤਰੀ ਹੋਇਆ ਕਰਦੇ ਸਨ ਅਕਾਲੀਆਂ ਦੀ ਵੀ ਸਰਕਾਰ ਹੁੰਦੀ ਸੀ ਕਾਂਗਰਸ ਦੀ ਵੀ ਸਰਕਾਰ ਹੁੰਦੀ ਸੀ ਜਿੰਨੇ ਮੁਆਵਜ਼ੇ ਦੀ ਹੁਣ ਇਹ ਲੀਡਰ ਮੰਗ ਕਰਦੇ ਨੇ ਆਪਣੀ ਸਰਕਾਰ ਵੇਲੇ ਇਹਨਾਂ ਨੇ ਕਦੇ ਵੀ ਇਹਨਾਂ ਨੂੰ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਨੇ ਐਲਾਨ ਕੀਤਾ ਹੈ ਕਿ 9 April ਤੋਂ ਅੰਮ੍ਰਿਤਸਰ ਦਿੱਲੀ ਰੇਲ ਟ੍ਰੈਕ ਹੁਣ ਜਾਮ ਕਰ ਦਿੱਤਾ ਜਾਵੇਗਾ ਦਰਅਸਲ ਸਿੱਧੂਪੁਰ ਜਥੇਬੰਦੀ ਨੇ ਸਰਕਾਰ ਤੇ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦਾ ਇਲਜ਼ਾਮ ਲਾਇਆ ਤੇ ਰੋਸ ਦੇ ਵਿੱਚ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਹੈ ਉਤਰਾਖੰਡ ਦੇ ਵਿੱਚ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋ ਜਾਏਗੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਹਿਮਕੁੰਡ ਸਾਹਿਬ ਦੇ ਕਿਵਾੜ ਖੋਲਣ ਅਤੇ ਯਾਤਰਾ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਐਨਐਸ ਬਿੰਦਰਾ ਨੇ ਉਤਰਾਖੰਡ ਸਰਕਾਰ ਦੇ ਮੁਖ ਸਕੱਤਰ ਡਾਕਟਰ ਐਸਐਸ ਸੰਧੂ ਦੇ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਟਰਸਟ ਦੇ ਵੱਲੋਂ ਇਸ ਕੰਡ ਯਾਤਰਾ 20 ਮਈ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਉੱਥੇ ਹੀ ਇਸ ਵਾਰੀ ਚਾਰਤਾਂਮ ਯਾਤਰਾ ਦੀ ਸ਼ੁਰੂਆਤ 22 April ਤੋਂ ਹੋਵੇਗੀ 20 April ਨੂੰ ਭਾਰਤੀ ਫੌਜ ਦੇ ਜਵਾਨ ਯਾਤਰਾ ਦੇ ਰਾਹਾਂ 'ਚੋਂ ਬਰਫ਼ ਹਟਾਉਣ ਦੇ ਲਈ ਚਚਰੀਆ ਵਾਸਤੇ ਰਵਾਨਾ ਹੋ ਜਾਣਗੇ ਟਰੱਸਟ ਨੇ ਸੰਗਤ ਲਈ ਨਿਵਾਸ ਲੰਗਰ ਪਾਣੀ ਡਾਕਟਰੀ ਸਹਾਇਤਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਡਾਕਟਰ ਦੇ ਰਸਤੇ ਵਿੱਚ ਪਈ ਬਰਫ਼ ਨੂੰ ਹਟਾਉਣ ਦਾ ਕੰਮ ਭਾਰਤੀ ਫੌਜ ਦੁਆਰਾ ਇਸ ਮਹੀਨੇ 20 April ਤੋਂ ਸ਼ੁਰੂ ਕਰ ਦਿੱਤਾ ਜਾਏਗਾ ਹੱਥ ਜੋੜ ਕੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਰਸ ਹੋਣ ਵਾਲੀ ਵਿਸਿਆਕਾਤੇ ਹਉਮਾ ਆ ਕੇ ਆਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਰਤ ਦੇ ਸਭ ਤੋਂ ਵੱਧ ਲੋੜਿੰਦੇ ਪਗੋੜਿਆਂ ਦੇ ਵਿੱਚੋਂ ਗੈਂਗਸਟਰ ਦੀਪਕ ਬਾਕਸਰ ਨੂੰ ਦਿੱਲੀ ਪੁਲਿਸ ਬੁੱਧਵਾਰ ਸਵੇਰੇ ਕੌਮੀ ਰਾਜਧਾਨੀ ਦੇ ਵਿੱਚ ਲਿਆਈ ਉਸ ਨੂੰ ਮੈਕਸੀਕੋ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਦੋ ਮੈਂਬਰੀ ਟੀਮ ਦੀਪਕ ਦੇ ਨਾਲ ਸਵੇਰੇ 6 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਤਿਲ ਤਿੰਨ ਤੇ ਪਹੁੰਚੀ ਇਹ ਟੀਮ ਮੈਕਸੀਕੋ ਤੋਂ ਤੁਰਕੀ ਦੇ ਇਸਤੰਬੁਲ ਰਾਹੀਂ ਇੱਥੇ ਪ ਦੀਪਕ ਬੌਕਸਰ ਨੂੰ ਇੱਕ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ ਦਰਅਸਲ ਜਦੋਂ ਵੀ ਕਿਸੇ ਇੱਕ ਮੁਲਕ ਦੇ ਜਾਂ ਕਹਿ ਲਈਏ ਕਿ ਆਪਣੇ ਮੁਲਕ ਦੇ ਭਾਰਤ ਦੇ ਕਿਸੇ ਵੀ ਮੁਲਜ਼ਮ ਜਾਂ ਦੋਸ਼ੀ ਦੇ ਖਿਲਾਫ ਕੋਈ ਮਕਦਮਾ ਚੱਲਦਾ ਹੈ ਤੇ ਉਹ ਵਿਦੇਸ਼ ਦੇ ਵਿੱਚ ਭੱਜ ਜਾਂਦਾ ਤਾਂ ਉਸ ਨੂੰ ਉਧਰੋਂ ਮੰਗਵਾਉਣ ਦੇ ਲਈ ਗ੍ਰਿਫਤਾਰ ਕਰਨ ਦੇ ਲਈ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਫਿਰ ਉਧਰ ਦੀ ਜਿਹੜੀ ਸਰਕਾਰ ਹੈ ਉਸ ਨੂੰ ਜੇ ਠੀਕ ਲੱਗੇ ਕੇਸ ਤਾਂ ਉਸ ਦੀ ਹਵਾਲਗੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਉਸ ਦੇ ਮੁਲਕ ਨੂੰ ਯਾਨੀ ਕਿ ਭਾਰਤ ਨੂੰ ਹਵਾਲੇ ਇਹ ਜੇ ਦਿੱਤੀ ਗਈ ਤਾਂ ਥੋੜੀ ਜਿਹੀ ਲੰਮੀ ਪ੍ਰਕਿਰਿਆ ਹੁੰਦੀ ਹੈ ਪਰ ਦੋਸ਼ੀ ਨੂੰ ਦੂਸਰੇ ਮੁਲਕਾਂ ਦੇ ਵਿੱਚੋਂ ਇੱਧਰ ਲਿਆਂਦਾ ਜਾ ਸਕਦਾ ਹੈ ਜੇ ਦੂਸਰੇ ਮੁਲਕ ਦੀ ਸਰਕਾਰ ਸਹਿਯੋਗ ਦੇਵੇ ਪੰਜਾਬ ਦੇ ਮੌਜੂਦਾ ਹਾਲਾਤਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ 7 ਅਪ੍ਰੈਲ ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਦੀ ਖਾਸ ਇਕੱਤਰਤਾ ਸੱਦੀ ਹੈ ਉਸ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਪੱਤਰਕਾਰਾਂ ਨੂੰ ਇੱਥੇ ਪਹੁੰਚਣ ਦਾ ਸੱਦਾ ਦਿੱਤਾ ਹੈ ਜਥੇਦਾਰ ਸਾਹਿਬ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਪੰਥ ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਇਸ ਵਿਸ਼ੇਸ਼ ਇਕੱਤਰਤਾ ਦੇ ਵਿੱਚ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚਣ। ਉਹਨਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਕਸਦ ਦੇ ਲਈ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਨੇ। ਪੰਜਾਬ ਪ੍ਰਸਤ ਪੱਤਰਕਾਰਾਂ ਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਦੇ ਰਾਹੀਂ ਇਸ ਬਿਰਤਾਂਤ ਨੂੰ ਜਦੋਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ ਤੇ ਟੰਕੇ ਪੱਤਰਕਾਰਾਂ ਤੇ ਮੀਡੀਆ ਦਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕਰ ਦਿੱਤੀ ਤੇ ਇਹ ਮੁੱਦੇ ਤੇ ਵਿਚਾਰ ਕਰਨ ਦੇ ਲਈ ਹੀ ਜਥੇਦਾਰ ਨੇ ਪੱਤਰਕਾਰਾਂ ਦਾ ਇਹ ਇਕੱਠ ਹੈ ਜਿਹੜਾ ਇਕੱਤਰਤਾ ਹੈ ਉਹ ਸੱਦੀ ਹੈ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਆਪਣੇ ਵਾਹਨਾਂ ਤੇ ਹੁਣ ਤੱਕ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਹੀਂ ਲਵਾਈਆਂ ਹੁਣ ਉਹਨਾਂ ਦੀ ਸ਼ਮਤ ਆ ਜਾਏਗੀ ਕਿਉਂਕਿ ਹਾਈ ਸਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਤੋਂ ਬਿਨਾ ਵਾਹਨਾਂ ਦੇ ਚਲਾਨ ਕੱਟੇ ਜਾਣਗੇ ਸਰਕਾਰ ਨੇ 30 ਜੂਨ ਤੱਕ ਦਾ ਸਮਾਂ ਦਿੱਤਾ ਹੈ ਸਮਾਂ ਹਲੇ ਤੁਹਾਡੇ ਕੋਲੇ ਹੈਗਾ April, May, June ਯਾਨੀ ਕਿ 3 ਮਹੀਨੇ ਪਈ ਨੇ 3 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਇਹ हाई सिक्योरिटी रजिस्ट्रेशन प्लेटा लगवा लो नहीं तो 30 जून ਤੋਂ ਬਾਅਦ ਚਲਾਨ ਕੱਟੇ ਜਾਣਗੇ ਰਜਿਸਟ੍ਰੇਸ਼ਨ ਨੰਬਰ 플레이ਟ ਨਾ ਲੱਗੇ ਹੋਣ ਤੇ ਪਹਿਲੇ ਜੁਰਮ ਦੇ ਲਈ 2000 ਦਾ ਜੁਰਮਾਨਾ ਲਾਇਆ ਜਾਊਗਾ 2000 ਦਾ ਜੁਰਮਾਨਾ ਲਾ ਕੇ ਛੱਡ ਦਿੱਤੇ ਜਾਣ ਦੇ ਬਾਅਦ ਵੀ ਜੇ ਤੁਸੀਂ 플레이ਟ ਨਹੀਂ ਲਗਾਉਂਗੇ ਤਾਂ ਉਸ ਤੋਂ ਬਾਅਦ 3000 ਰੁਪਏ ਜੁਰਮਾਨਾ ਲਾਇਆ ਜਾਊਗਾ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਗੈਰ ਕਾਨੂੰਨੀ ਸ਼ਰਾਬ ਬਣਾਉਣ ਵੇਚਣ ਅਤੇ ਸੰਚਾਲਨ ਤੇ ਰੋਕ ਲਾਉਣ ਦੇ ਹੁਕਮ ਦਿੱਤੇ ਨੇ ਐਨਾ ਹੀ ਨਹੀਂ ਜਸਟਿਸ ਐਮਰ ਸ਼ਾਹ ਤੇ ਜਸਟਿਸ ਸੀਟੀ ਰਵੀ ਕੁਮਾਰ ਦੇ ਬੈਂਚ ਨੇ ਕਿਹਾ ਕਿ ਜੇ ਪੁਲਿਸ ਤੇ ਅਧਿਕਾਰ ਖੇਤਰ ਦੇ ਵਿੱਚ ਪੰਜਾਬ ਚ ਕਿਤੇ ਵੀ ਕੋਈ ਗੈਰ ਕਾਨੂੰਨੀ ਪੱਠੀ ਚੱਲਦੀ ਹੈ ਤਾਂ ਉਹਨਾਂ ਨੂੰ ਇਸਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਯਾਨੀ ਕਿ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਲਈ ਇਹ ਹੁਕਮ ਲਾਗੂ ਕਰੋ ਕਿ ਜਿਹੜੀ ਵੀ ਮੰਨ ਲਓ ਕਿ ਆਪਾਂ ਮੁਹਾਲੀ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਮੁਹਾਲੀ ਦੇ ਵਿੱਚ ਜੇ ਕਿਥੇ ਗੈਰ ਕਾਨੂੰਨੀ ਪੱਠੀ ਸ਼ਰਾਬ ਦੀ ਚਲਦੀ ਮਿਲਦੀ ਹੈ ਤਾਂ ਉਹਦੇ ਲਈ ਜ਼ਿੰਮੇਦਾਰੀ ਹੈ ਜਿਹੜੀ ਉਹ ਉਥੋਂ ਦੀ ਪੁਲਿਸ ਦੀ ਤੈਅ ਕੀਤੀ ਜਾਣੀ ਚਾਹੀਦੀ ਹੈ ਇਹ ਨਿਰਦੇਸ਼ ਪੰਜਾਬ ਸਰਕਾਰ ਜਾਰੀ ਕਰੇ ਇਹ ਕਿਹਾ ਹੈ ਸੁਪਰੀਮ ਕੋਰਟ ਨੇ ਪੰਜਾਬ ਦੇ ਸਕੂਲਾਂ ਦਾ ਜਾਇਜ਼ਾ ਲੈਣ ਦੇ ਲਈ ਸਿੱਖਿਆ ਮੰਤਰੀ ਹਰਜੋਤ ਮੈਸਨ ਜ਼ਮੀਨੀ ਪੱਧਰ ਤੇ ਨਿਤਰੇ ਨੇ ਲੰਗੇ ਦਿਨੀ ਫਾਜ਼ਿਲਕਾ ਦੇ ਵਿੱਚ ਸਕੂਲਾਂ ਦਾ ਦੌਰਾ ਕੀਤਾ ਤਾਂ ਬੁੱਧਵਾਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬੈਂਸ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗੇ ਕਲੂਵਾਲਾ ਦੇ ਪ੍ਰਾਇਮਰੀ ਸਕੂਲ ਦਾ ਦੌਰਾ ਕੀਤਾ ਜਿੱਥੇ ਵਿਦਿਆਰਥੀ ਕਿਸ਼ਤੀ ਰਾਹੀਂ ਸਤਲੁਜ ਪਾਰ ਕਰਕੇ ਸਕੂਲ ਜਾਂਦੇ ਨੇ ਅਪ੍ਰੈਲ ਦਾ ਪੂਰਾ ਮਹੀਨਾ ਸਿੱਖਿਆ ਮੰਤਰੀ ਪੰਜਾਬ ਦੇ ਸਕੂਲਾਂ ਦਾ ਗੇੜਾ ਲਾਉਣਗੇ 6 ਅਪ੍ਰੈਲ ਨੂੰ ਰੋਪੜ ਤੇ ਮੁਹਾਲੀ 7 ਤੇ 8 ਅਪ੍ਰੈਲ ਨੂੰ ਅੰਮ੍ਰਿਤਸਰ 12 ਤੇ 13 ਅਪ੍ਰੈਲ ਨੂੰ ਤਰਨਤਾਰਨ ਕਪੂਰਥਲਾ ਬਠਿੰਡਾ ਸ੍ਰੀ ਮੁਕਸਰ ਸਾਹਿਬ 17 ਨੂੰ ਜਲੰਧਰ 18 ਨੂੰ ਫਤਿਹਗੜ੍ਹ ਸਾਹਿਬ 20 ਕਿਤੇ ਬਈ ਨੂੰ ਪਟਿਆਲਾ ਲੁਧਿਆਣਾ ਮਲੇਰ ਕੋਟਲਾ ਫਰੀਦਕੋਟ ਮੋਗਾ ਤੇ ਬਰਨਾਲਾ ਪਹੁੰਚਣਗੇ ਸੂਬਾਤੀ ਚੰਗਾ ਕਦਮ ਹੈ ਪੰਜਾਬ ਦੇ ਸਿੱਖਿਆ ਮੰਤਰੀ ਸਕੂਲਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਨੇ ਆਸ ਕਰਦੇ ਹਾਂ ਕਿ ਸਕੂਲਾਂ ਦੀ ਜਿਹੜੀ ਹਾਲਤ ਹੈ ਉਹ ਸੁਧਰੇਗੀ ਜਿੱਥੇ-ਜਿੱਥੇ ਵੀ ਲੋੜ ਹੈ ਕਮੇਨ ਸਾਫ ਮੋਰਚੇ ਦੇ ਵੱਲੋਂ ਸਿੱਖ ਵਿਦਵਾਨਾਂ ਦੇ ਨਾਲ ਗੁਰਦੁਆਰਾ ਸਿੰਘ ਸਭਾ ਸੈਕਟਰ 7 ਚੰਡੀਗੜ੍ਹ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਤੇ ਪੰਥਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਭਵਿੱਖ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਚਿੰਤਾ ਵੀ ਜ਼ਾਹਰ ਕੀਤੀ ਕਿ ਪੰਜਾਬ ਦੀ ਉਪਜਾਊ ਧਰਤੀ ਨੂੰ ਸਰਕਾਰਾਂ ਨੇ ਜ਼ਹਿਰੀਲਾ ਬਣਾ ਦਿੱਤਾ ਹੈ ਖੇਤੀ ਦੇ ਲਈ ਮੁਫਤ ਬਿਜਲੀ ਕਰਕੇ ਪਾਣੀ ਦੇ ਦਰਵਰਤ ਹੋ ਰਹੀ ਹੈ ਤੇ ਆਉਂਦੇ 20 ਸਾਲਾਂ ਦੇ ਵਿੱਚ ਜੇ ਇਸੇ ਤਰ੍ਹਾਂ ਦਾ ਮਾਹੌਲ ਰਿਹਾ ਤਾਂ ਪੰਜਾਬ ਦੀ ਧਰਤੀ ਰੇਗਿਸਤਾਨ ਬਣ ਜਾਵੇਗੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵਿੱਚ ਬੇਰਬੀ ਦੇ ਮੁੱਦੇ ਦਾ ਹੱਲ ਨਾ ਹੋਣਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨੂੰ ਲੈ ਕੇ 20 ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਗਏ ਪਟਿਆਲਾ ਜ਼ਿਲ੍ਹੇ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਤੋਂ ਬੁੱਧਵਾਰ ਨੂੰ ਵਿਜੀਲੈਂਸ ਵਿਭਾਗ ਨੇ ਫਿਰ ਪੁੱਛਗਿੱਛ ਕੀਤੀ ਜਲਾਲਪੁਰ ਖੁਦ ਵਿਜੀਲੈਂਸ ਦਫ਼ਤਰ ਪਹੁੰਚੇ ਜਿੱਥੇ ਕਈ ਤਿੱਖੇ ਸਵਾਲ ਉਨ੍ਹਾਂ ਤੋਂ ਪੁੱਛੇ ਗਏ ਪਿਛਲੇ ਦਿਨੀ ਹਾਈ ਕੋਰਟ ਤੋਂ ਜ਼ਮਾਨਤ ਜਲਾਲਪੁਰ ਨੂੰ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਵਿਜੀਲੈਂਸ ਦੇ ਦਫਤਰ ਜਲਾਲਪੁਰ ਬਿਨਾਂ ਕਿਸੇ ਡਰ ਭੈ ਤੋਂ ਪਹੁੰਚੇ ਸਨ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਰੇਲ ਮੰਤਰੀ ਅਸ਼ਵੀ ਵਿਆਸ਼ਨਵ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਗੁਜਰਾਤ ਰਾਜਸਥਾਨ ਦੇ ਲਈ ਅੰਮ੍ਰਿਤਸਰ ਤੋਂ ਟ੍ਰੇਨ ਚਲਾਈ ਜਾਵੇ ਇਹ ਮੰਗ ਕੀਤੀ ਤੇ ਕੇਂਦਰੀ ਮੰਤਰੀ ਨੇ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਕਰਨ ਦਾ ਭਰੋਸਾ ਵੀ ਦਿੱਤਾ ਦਿੱਲੀ ਹਵਾਈ ਅੱਡੇ ਤੋਂ ਵੱਡੀ ਖਬਰ ਹੈ ਜਿੱਥੇ ਸੁਰੱਖਿਆ ਜਾਂਚ ਦੌਰਾਨ ਗਹਿਣੇ ਚੋਰੀ ਕਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਅਮਰੀਕਾ ਦੇ ਵਿੱਚ ਰਹਿਣ ਵਾਲੀ ਭਾਰਤੀ ਔਰਤ ਨੇ ਦੋਸ਼ ਲਾਇਆ ਕਿ ਦਿੱਲੀ ਹਵਾਈ ਅੱਡੇ ਤੇ ਐਕਸਰੇ ਦੀ ਜਾਂਚ ਦੌਰਾਨ ਉਸ ਨੰਦਾ ਡੱਬਾ ਹੀ ਗਾਇਬ ਹੋ ਗਿਆ ਕਰੀਬ 2 ਮਹੀਨੇ ਪਹਿਲਾਂ ਆਸਟ੍ਰੇਲੀਅਨ ਔਰਤ ਨੇ ਦਿੱਲੀ ਪੁਲਿਸ ਕੋਲ ਅਜੇ ਹੀ ਦੋਸ਼ ਲਾਉਂਦੇ ਹੋਏ ਐਫ ਆਈ ਆਰ ਦਰਜ ਕਰਵਾਈ ਸੀ ਜਾਨਕਿ ਦੂਸਰਾ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਪੁਲਿਸ ਅਤੇ ਸੀਆਈਐਸਐਫ ਨੇ ਸੂਤਰਾਂ ਨੇ ਦੱਸਿਆ ਕਿ ਦੋਵੇਂ ਮਾਮਲਿਆਂ ਦੀ ਸੀਸੀਟੀਵੀ ਫੁਟੇਜ ਦੇ ਵਿੱਚ ਕੋਈ ਵੀ ਔਰਤਾਂ ਦੇ ਸਮਾਨ ਨਾਲ ਛੇੜਛਾੜ ਕਰਦਾ ਨਹੀਂ ਦੇਖਿਆ ਗਿਆ ਤੇ ਸੁਰੱਖਿਆ ਕਰਮੀਆਂ ਸਮੇਤ ਕਿਸੇ ਦੀ ਵੀ ਸ਼ੱਕੀ ਹਰਕਤ ਨਹੀਂ ਦੇਖੀ ਨਵੇਂ ਮਾਮਲੇ ਦੇ ਵਿੱਚ ਅਮਰੀਕਾ ਦੇ ਵਿੱਚ ਵਰਜੀਨੀਆ ਤੋਂ ਸਵਾਤੀ ਰੈਡੀ 13 ਮਾਰਚ ਨੂੰ ਇੰਦਰਾ ਗਾਂਧੀ ਹਵਾਈ ਅੱਡੇ ਤੇ ਪਹੁੰਚੀ ਸੀ ਤੇ ਇਮੀਗ੍ਰੇਸ਼ਨ ਜਾਂਚ ਤੋਂ ਬਾਅਦ ਆਪਣੀ ਅਗਲੀ ਯਾਤਰਾ ਦੇ ਲਈ ਹੋਰ ਫਲਾਈਟ ਵਿੱਚ ਸਵਾਰ ਹੋਣ ਲਈ ਰਵਾਨਾ ਹੋਈ ਤੇ ਉਸਨੇ ਦੱਸਿਆ ਕਿ ਸੁਰੱਖਿਆ ਜਾਂਚ ਵਿੱਚੋਂ ਲੰਘਦੇ ਸਮੇਂ ਉਹਦੇ ਕੋਲ ਬੈਗ ਦੇ ਵਿੱਚ ਗਹਿਣਿਆਂ ਦਾ ਡੱਬਾ ਸੀ ਸਕੈਨਰ ਦੇ ਲਈ ਆਇਆ ਤੇ ਬੈਗ ਉਸ ਜਗ੍ਹਾ ਭੇਜ ਦਿੱਤਾ ਗਿਆ ਜਿੱਥੇ ਸ਼ੱਕੀ ਵਸਤੂਆਂ ਭੇਜੀਆਂ ਗਈਆਂ ਸਨ ਘਰੇ ਜਾ ਕੇ ਦੇਖਿਆ ਤਾਂ ਗਹਿਣੇ ਮਿਲੇ ਹੀ ਨਹੀਂ ਕੁਝ ਘਟਨਾਵਾਂ ਦੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਹਾਂ ਬਠਿੰਡਾ ਦੇ ਗੋਨਿਆਣਾ ਰੋਡ ਤੇ ਸਕੂਲ ਵੈਨ ਤੇ ਕੈਂਟਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹਾਦਸਾ ਇੰਨਾ ਖਤਰਨਾਕ ਸੀ ਕਿ ਵੈਨ ਦੇ ਪਰਖੱਚੇ ਉੱਡ ਗਏ ਹਾਦਸਾ ਆਮੋ ਸਾਹਮਣੇ ਹੋਇਆ ਵੈਨ ਦਾ ਅਗਲਾ ਹਿੱਸਾ ਬੂਰੀ ਤਰ੍ਹਾਂ ਨਾਲ ਬਰਬਾਦ ਹੋਇਆ ਹਾਦਸੇ ਦੇ ਵਿੱਚ 11 ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਨੂੰ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਬੱਚਿਆਂ ਦੇ ਮਾਪਿਆਂ ਨੂੰ ਵੀ ਇਤਲਾਹ ਦਿੱ ਜਲੰਧਰ ਦੇ ਕੰਪਨੀ ਬਾਗ ਚੌਂਕ ਦੇ ਨੇੜੇ ਲਾਹਾਂਬਾਦ ਬੈਂਕ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਪੈਸੇ ਜਮ੍ਹਾਂ ਕਰਵਾਉਣ ਲਈ ਗਏ ਬਜ਼ੁਰਗ ਤੋਂ 4 ਲੱਖ ਰੁਪਏ ਲੈ ਕੇ ਲੁਟੇਰਾ ਫਰਾਰ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਸੀਸੀਟੀਵੀ ਜਿਹੜੇ ਨੇ ਉਹ ਸਕੈਨ ਕੀਤੇ ਜਾ ਰਹੇ ਦਰਅਸਲ 80 ਸਾਲ ਦੇ ਵਿਜੇਚੋਪੜਾ ਇਲਾਹਾਬਾਦ ਬੈਂਕ ਦੇ ਅੰਦਰ ਪਹੁੰਚੇ ਤਾਂ ਕਾਫੀ ਭੀੜ ਸੀ ਇੱਕ ਨੌਜਵਾਨ ਉਹਨਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਗਲਤ ਫਾਰਮ ਭਰ ਦਿੱਤਾ ਮੈਂ ਐਸੇ ਬੈਂਕ ਦਾ ਮੁਲਾਜ਼ਮ ਹਾਂ ਤੁਹਾਡਾ ਫਾਰਮ ਮੁਰ ਤੋਂ ਪਰਵਾਹ ਦਿੰਦਾ ਨੌਜਵਾਨ ਦੂਜਾ ਫਾਰਮ ਲੈ ਕੇ ਆਇਆ ਤੇ ਬੋਲਿਆ ਕਿ ਪੈਸੇ ਤੁਸੀਂ ਮੈਨੂੰ ਫੜਾ ਦਿਓ ਫਾਰਮ ਭਰ ਲਓ ਫਿਰ ਪੈਸੇ ਜਮ੍ਹਾਂ ਕਰਾ ਦਿਆਂਗੇ ਜਿਵੇਂ ਹੀ ਵਿਜੇਚੋਪੜਾ ਫਾਰਮ ਭਰਨ ਲੱਗੇ ਨੌਜਵਾਨ ਗਾਇਬ ਹੋ ਗਿਆ ਪੈਸੇ ਲੈ ਕੇ ਬਠਿੰਡਾ ਕੇਂਦਰੀ ਜ ਸામਣੇ ਆਇਆ ਇੱਥੇ ਬੰਦ 12 ਕੈਦੀਆਂ ਨੇ ਜੇਲ੍ਹ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਨੇ ਧਮਕੀਆਂ ਦੇਣ ਦੇ ਨਾਲ-ਨਾਲ ਉਹ ਦੁਰਵਿਵਹਾਰ ਵੀ ਕਰ ਰਹੇ ਨੇ ਯਾਨੀ ਕਿ ਜੇਲ੍ਹ ਅਧਿਕਾਰੀਆਂ ਦੇ ਨਾਲ ਇੱਥੋਂ ਤੱਕ ਕਿ ਜੇਲ੍ਹ ਦੀ ਵੀਡੀਓ ਬਣਾ ਕੇ ਕੈਨੇਡਾ ਦੇ ਵਿੱਚ ਆਪਣੇ ਦੋਸਤ ਨੂੰ ਵੀ ਭੇਜੀ ਹੈ ਜਿਸ ਨੂੰ ਨਿਊਜ਼ ਚੈਨਲ ਨੂੰ ਭੇਜਣ ਦੀਆਂ ਧਮਕੀਆਂ ਦੇ ਰਹੇ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਤੇ ਪੁਲਿਸ ਨੇ ਥਾਣਾ ਕੈਂਟ ਦੇ ਵਿੱਚ ਕੇਸ ਦਰਜ ਕਰ ਲਿਆ ਹਰਿਆਣਾ ਦੇ ਸੋਨੀਪਟ ਜ਼ਿਲ੍ਹੇ ਦੇ ਵਿੱਚ ਕਤਲ ਦੀ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ ਪਰ ਖੁਲਾਸਾ 9 ਮਹੀਨਿਆਂ ਬਾਅਦ ਹੋਇਆ ਹੈ ਪਤਾ ਲੱਗਿਆ ਕਿ ਪ੍ਰੇਮੀ ਨੇ ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ 2 ਗੋਲੀਆਂ ਮਾਰ ਕੇ ਉਸ ਦੀ ਜਾਨ ਲੈ ਲਈ ਉਸ ਤੋਂ ਬਾਅਦ ਉਸਦੀ ਮਰਤਕ ਦੇਹ ਨੂੰ ਆਪਣੇ ਫਾਰਮ ਹਾਊਸ ਦੇ ਵਿੱਚ ਦਫ਼ਨ ਕਰ ਦਿੱਤਾ ਵਾਰਦਾਤ ਨੂੰ ਲੰਗੇ ਸਾਲ ਜੂਨ ਮਹੀਨੇ ਦੇ ਵਿੱਚ ਅੰਜਾਮ ਦਿੱਤਾ ਗਿਆ ਸੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਇਸ ਸਾਲ 22 ਜਨਵਰੀ ਨੂੰ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਪਰਿਵਾਰ ਨੇ ਗ੍ਰਹਿ ਮੰਤਰੀ ਐਨ ਐਲ ਵਿਜ ਤੇ ਕੋਲ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਇਸ ਸਾਰੀ ਵਾਰਦਾਤ ਦਾ ਵਾਰਦਾਤ ਤੋਂ ਪੜਦਾ ਫਾਸ਼ ਹੋਇਆ ਪ੍ਰੇਮੀ ਦਾ ਨਾਮ ਸੁਨੀਲ ਅਤੇ ਮ੍ਰਿਤਕ ਪ੍ਰੇਮਿਕਾ ਦਾ ਨਾਮ ਮੌਨਿਕਾ ਦੱਸਿਆ ਜਾ ਰਿਹਾ ਹੈ ਹੁਣ ਪੁਲਿਸ ਜਾਂਚ ਕਰੇਗੀ ਕਿ ਆਖਿਰਕਾਰ ਜਿਹੜਾ ਹੈਗਾ ਸੁਨੀਲ ਹੈ ਉਸਨੇ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਿਉਂ ਕੀਤਾ ਰਾਜਸਥਾਨ ਦੇ ਬਾੜਵੇ ਜ਼ਿਲ੍ਹੇ ਦੇ ਸਦਰ थाना ਖੇਤਰ ਵਿੱਚ ਮੰਗਲਵਾਰ ਦੇ ਸ਼ਾਮ ਸੜਕ ਹਾਦਸੇ ਦੇ ਵਿੱਚ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਜਿਹੜੇ ਕਿ ਮਿੱਠੜਾ ਪਿੰਡ ਦੇ ਰਹਿਣ ਵਾਲੇ ਸਨ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦਾ ਵਿਆਹ 25 April ਨੂੰ ਹੋਣਾ ਤੈਅ ਹੋਇਆ ਸੀ ਕੁਝ ਦਿਨਾਂ ਬਾਅਦ ਦੂਸਰੇ ਭਰਾਵਾਂ ਦੀ ਵੀ ਮੰਗਣੀ ਹੋਈ ਸੀ ਤੇ ਉਹਨਾਂ ਦੇ ਵਿਆਹ ਵੀ ਨੇੜੇ ਸਨ ਤਿੰਨੇ ਅਣਵਿਆਹੇ ਸਨ ਨੌਜਵਾਨ ਸਨ ਵਿਆਹ ਹੋਣ ਵਾਲਾ ਸੀ ਹਾਦਸੇ ਵਿੱਚ ਪਿੰਡ ਮਿਠੜਾ ਦੇ ਪ੍ਰੇਮ ਸਿੰਘ, ਸ਼ਿਆਮ ਸਿੰਘ ਤੇ ਖੰਗਾਰ ਸਿੰਘ ਦੀ ਮੌਤ ਹੋਈ ਹੈ ਤੇ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਤਿੰਨੇ ਭਰਾ ਕਿਸੇ ਕੰਮ ਦੇ ਲਈ ਬਾੜਮੇਰ ਗਏ ਸੀ। ਮੰਗਲਵਾਰ ਸ਼ਾਮ ਨੂੰ ਵਾਪਸ ਪਿੰਡ ਆ ਰਹੇ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ। ਛੱਤੀਸਗੜ੍ਹ ਦੇ ਕਬੀਰਤਾਮ ਜ਼ਿਲ੍ਹੇ ਦੇ ਵਿੱਚ ਹੋਮ تھیਟਰ ਮਿਊਜ਼ਿਕ ਸਿਸਟਮ ਵਿੱਚ ਧਮਾਕੇ ਵਿੱਚ ਲਾੜੇ ਤੇ ਉਸਦੀ ਭਰਾ ਉਸਦੇ ਭਰਾ ਦੀ ਮੌਤ ਹੋ ਗਈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਲਾੜੀ ਦੇ ਕਥਿਤ ਸਾਬਕਾ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਬੜਾ ਹੀ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਕਿ ਵਿਆਹ ਹੋ ਰਿਹਾ ਸੀ ਜਦੋਂ ਲਾੜੇ ਲਾੜੀ ਦਾ ਇੱਥੇ ਵਿਆਹ ਹੋ ਰਿਹਾ ਸੀ ਤਾਂ ਲਾੜੀ ਦਾ ਜਿਹੜਾ ਪ੍ਰੇਮੀ ਉਸ ਦੇ ਲਈ ਕੋਈ ਤੋਹਫ਼ਾ ਲੈ ਕੇ ਆਇਆ ਪਰ ਉਸ ਤੋਹਫ਼ੇ ਦੇ ਵਿੱਚ ਬੰਬ ਫਿਟ ਕੀਤਾ ਹੋਇਆ ਸੀ ਜਦੋਂ ਤੋਹਫ਼ਾ ਖੋਲਿਆ ਤਾਂ ਬੰਬ ਧਮਾਕਾ ਹੋਇਆ ਲਾੜੇ ਤੇ ਉਸਦੇ ਭਰਾ ਦੀ ਮੌਤ ਹੋ ਗਈ ਇੱਕ ਦੀ ਉਮਰ 30 ਸਾਲ ਤੇ ਦੂਸਰੇ ਦੀ ਉਮਰ 32 ਸਾਲ ਦੀ ਸੀ ਪੁਲਿਸ ਨੇ ਲਾੜੀ ਦੇ ਸਾਬਕਾ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਪਤਾ ਲੱਗਿਆ ਕਿ ਵਿਆਹ ਤੋਂ ਨਰਾਜ਼ ਸੀ ਚਿਨਈ ਦੇ ਇੱਕ ਮੰਦਰ ਦੇ ਵਿੱਚ ਬੁੱਧਵਾਰ ਨੂੰ ਇੱਕ ਕਰਵਾਈਤੀ ਧਾਰਮਿਕ ਰਸਮ ਕਰਦੇ ਹੋਏ ਪੰਜ ਲੋਕ ਤਲਾਬ ਚ ਡੁੱਬ ਕੇ ਮਰ ਗਏ ਪੀਟੀਏ ਦੀ ਰਿਪੋਰਟ ਮੁਤਾਬਕ ਹਾਦਸਾ ਉਸ ਵਕਤ ਵਾਪਰਿਆ ਜਦੋਂ ਪੁਜਾਰੀ ਤੇ ਕੁਝ ਹੋਰ ਲੋਕ ਧਾਰਮਿਕ ਰਸਮ ਕਰਨ ਲਈ ਤਲਾਬ ਦੇ ਵਿੱਚ ਦਾਖਲ ਹੋਏ ਜਦੋਂ ਸਰਕਲ ਦੇ ਵਿੱਚ ਸ਼ਾਮਲ ਇੱਕ ਵਿਅਕਤੀ ਡੁੱਬਣ ਲੱਗਾ ਤਾਂ ਬਾਕੀ ਚਾਰਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਸੇ ਕੋਸ਼ਿਸ਼ ਵਿੱਚ ਸਾਰਿਆਂ ਦੀ ਡੁੱਬ ਕੇ ਮੌਤ ਹੋ ਗਈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ